जग जीवन ऐसा दुतिया नागी को दुतिया को जीवन सुपन समान जीवन सुपन समान सिखी वास्ते सोई ले जाएगा जिसकी वास्ते सोई ले जाएगा रोस किसे स्यों की जय रोस किसे किश तुल्हा बांधो तुल्हा बांधो आगे कहो किश तुल्हा बांधो क्या परवासा क्या परवासा क्या परवासा तन का आगे कहो किश तुल्हा बांधो आगे कहो किश तुल्हा बांधो क्या परवासा तन का रामकली महला तीजा आनंद एक अणग सुनो बज भागी हो सगल मनोरथ पूरे पार धरम प्रभ पाया उतरे सगल विसोरे दुख रोग संतापी उतरे सुनी सच्ची बाणी संत साजन भय सर से सुनते पुनीत कहते पवित सतगुर रहे आपर पूरे नानक गुर चरण लागे बाजे अनहद पूरे सुनो पवन गुरु पाणी पिता माता धरत महते दिवस रात दोय दाई दाया खेले सगल जगत चंगी आईया पूरी आईया वाजे धर्म अधूरे करमिया पो आपनी के नेड़े के दूर जिनी नाम ते आया गए मशक्त पिकार नानक ते मुखी उजले के ती छुट्टी नार भगवती जी की बादशाही दसवें प्रथम भगवती समरका ਗੁਰੂ ਨਾਨਕ ਨੇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਹਰ ਜਨ ਹਰ ਗੋਬਿੰਦ ਨਾਮ
ਸਿਮਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੈ ਸਿਠ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿ ਆਵੈ ਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆ ਚੌਹਾਂ ਸਾਹਿਬਜ਼ਾਦਿਆ ਚਾਲਕਾ ਮੁਕਤਿਆ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲਿਆ ਵਹਿ ਨਾਨਕਾ ਸਦੇ ਉੱਠੀ ਜਾਹੇ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਆਪ ਜੀ ਦੇ ਚਰਨ ਸੇਵਕ ਸਤਿਕਾਰਯੋਗ ਮਾਤਾ ਬਲਵੀਰ ਕੌਰ ਜੀ ਧਰਮ ਸੁਪਤਨੀ ਸਵਰਗ ਵਾਸੀ ਸਰਦਾਰ ਮੱਖਣ ਸਿੰਘ ਜੀ ਪਾਤਸ਼ਾਹ ਜੀ ਮਾਤਾ ਬਲਵੀਰ ਕੌਰ ਜੀ ਆਪ ਜੀ ਦੇ ਭੇਜੇ ਹੋਏ ਸੰਸਾਰ ਤੇ ਆਏ ਸਨ ਆਪ ਜੀ ਦੇ ਬੁਲਾਵੇ ਅਨੁਸਾਰ ਜਿਨ ਤੁਮ ਭੇਜੇ ਤਿਨਹੇ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਸੇਵਕਾਂ ਨੂੰ ਕਰਤਾਰਥ ਕਰੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸ੍ਰੀ ਵਾਹਿਗੁਰੂ ਸਾਹਿਬ ਜੀ ਇਸ ਸੁਹਾਏ ਰਾਮ ਨਿਜ ਘਰ ਸੂਤੜੀਏ ਕਿਰਮ ਜਗਾਏ ਰਾਮ ਨਵਹਾਨ ਨਵ ਧਨ ਸ਼ਬਦ ਜਾਗੇ ਆਪਣੇ ਪਿਰ ਪਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨੀ ਸਾਣਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣ ਮਾਤਾ ਜੀ ਦੀ ਅੰਤਮ ਅਰਦਾਸ ਦੇ ਵਿੱਚ ਸਾਨੂੰ ਜੋ ਜੀਵ ਆਪਾਂ ਮਾਤਾ ਜੀ ਦੀ ਅੰਤਮ ਅਰਦਾਸ 'ਚ ਸ਼ਾਮਿਲ ਹੋਏ ਹਾਂ ਉਹਨਾਂ ਨੂੰ ਬੜੇ ਵਿਸਥਾਰ ਨਾਲ ਦੱਸਿਆ ਕਿ ਬਿਨਾਂ ਸ਼ੱਕ ਦੀ ਅੱਜ ਅਸੀਂ ਮਾਤਾ ਜੀ ਦੀ ਅੰਤਮ ਅਰਦਾਸ 'ਚ ਸ਼ਾਮਿਲ ਹੋਏਗਾ ਪਰ ਜੋ ਗੁਰਬਾਣੀ ਨੇ ਦਰਸ਼ ਕਰਨਗੇ ਕਿਉਂਕਿ ਬੜਾ ਗੁਰਸਿੱਖ ਪਰਿਵਾਰ ਹੈ ਜਿੱਥੇ ਕਿ ਫਤਿਹਗੜ੍ਹ ਚੂੜੀਆਂ ਦੇ ਸਾਰੇ ਇਲਾਕੇ ਦੀ ਸੰਗਤ ਇਸ ਪਰਿਵਾਰ ਨੂੰ ਜਾਣਦੀ ਹੈ ਉਸੇ ਤਰ੍ਹਾਂ ਡੇਰਾ ਬਾਬਾ ਨਾਨਕ ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ। ਡੇਰਾ ਬਾਬਾ ਨਾਨਕ ਵਿਖੇ ਵੀ ਇਸ ਪਰਿਵਾਰ ਦੀ ਬਹੁਤ ਸੇਵਾ ਹੈ, ਕਿਉਂਕਿ ਆਪ ਜੀ ਇਸ ਹਲਕੇ ਦੇ ਹੋ। ਜੋ ਇੱਥੇ ਵੀਰ ਜੀ ਰਹਿੰਦੇ ਹਨ ਉਹਨਾਂ ਬਾਰੇ ਆਪ ਜੀ ਨੂੰ ਪਤਾ ਹੈ। ਜੋ ਡੇਰਾ ਬਾਬਾ ਸਤਿ ਸ੍ਰੀ ਅਕਾਲ, ਡਾਕਟਰ ਸਾਹਿਬ ਜੀ ਦੇ ਦੂਸਰੇ ਵੀਰ ਜੀ ਇਕਬਾਲ ਸਿੰਘ ਜੀ, ਡਾਕਟਰ ਇੰਦਰਜੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਿੰਘ ਸਾਹਿਬ ਤੋਂ ਆਪਣਾ ਸਨਮਾਨ ਹਾਸਲ ਕਰ ਲੈਣ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਡਾਕਟਰ ਇੰਦਰਜੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਤਿ ਸ੍ਰੀ ਅਕਾਲ। ਭੈਣ ਜੀ ਜਸਬੀਰ ਕੌਰ ਸਤਿਗੁਰੂ ਜੀ ਦੇ, ਬੋਲੇ ਸੋ ਨਿਹਾਲ। ਜਸਪ੍ਰੀਤ ਕੌਰ ਭੈਣ ਜੀ, ਜਿਨ੍ਹਾਂ ਨੂੰ ਸਨਮਾਨ ਸਿੰਘ ਸਾਹਿਬ ਵੱਲੋਂ ਕਰਨਾ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਪੜ੍ਹਦੇ, ਨਿਤਨੇਮ ਜੀ ਦੇ ਜਾਪ ਕਰਦੇ ਹੋਏ, ਜੋ ਸਤਿਗੁਰੂ ਜੀ ਦੇ ਚਰਨਾਂ 'ਚ ਜਾਪ ਰਾਜੇ ਸਨ। ਜੀਵਨ ਸੁਪਨ ਸਮਾਨ, ਜੀਵਨ ਸੁਪਨ ਸਮਾਨ, ਜਗ ਜੀਵਨ ਕੈਸਾ ਸੁਪਨੇ ਜੈਸਾ, ਜਗ ਜੀਵਨ ਹੈ। ਤਰਨ ਤਾਰਨ ਸੋਏ, ਕਰ ਵਿਚਾਰ ਵਿਕਾਰ ਕਹੋ ਕਬੀਰ, ਜਗ ਜੀਵਨ ਐਸਾ ਦੁਤੀਆ ਨਾਹੀ ਕੋਏ, ਦੁਤੀਆ ਨਾਹੀ ਕੋਏ, ਜੀਵਨ ਸੁਪਨ ਸਮਾਨ, ਸੁਪਨ ਸਮਾਨ ਐਸਾ, ਜੀਵਨ ਸੁਪਨ ਸਮਾਨ, ਜੀਵਨ ਜਗ ਜੀਵਨ ਐਸਾ ਸੁਪਨੇ ਜੈਸਾ, ਜਗ ਜੀਵਨ ਐਸਾ। ਜਿਸਕੀ ਵਸਤੇ ਸੋਈ ਲੈ ਜਾਏਗਾ, ਜਿਸਕੀ ਵਸਤੇ ਸੋਈ ਲੈ ਜਾਏਗਾ, ਰੋਸ ਕੇ ਜਾਏਗਾ,
ਰੋਸ ਕਿਸ ਸਿਉਂਕੀ ਜੈ, ਰੋਸ ਕਿਸ ਸਿਉਂਕੀ ਜੈ, ਨਾ ਗਿਆ ਮਨਾ ਨਾ ਗੇ ਜਾਣਾ, ਪਰ ਹੁਕਮ ਪਾਇਆ ਆਇਆ।
ਕਿਆ ਕੀਜੈ, ਹਰ ਹੁਕਮ ਪਾਇਆ ਕਿਆ ਕੀਜੈ, ਜਿਸ ਕੀ ਵਸਤੇ ਸੋਈ ਲੈ ਜਾਏਗਾ, ਜਿਸ ਕੀ ਕਹਾਂ ਵਿਸਾਸਾ ਇਸ ਪਾਂਡੇ ਕਾ, ਕਹਾਂ ਵਿਸਾਸਾ ਇਸ ਪਾਂਡੇ ਕਾ, ਕਹਾਂ ਵਿਸਾਸਾ ਇਸ ਪਾਂਡੇ ਕਾ, ਇਤਨੇ ਖੁਲਾ ਕੇ ਠੰਕਾ ਕਹਾਂ ਵਿਸਾਸਾ
ਇਸ ਭਾਂਡੇ ਕਾ ਇਤਨੇ ਕੁਲਾਗੇ ਠੰਕਾ ਕਹਾਂ ਵਿਸਾਸ ਇਸ ਭਾਂਡੇ ਕਾ ਤੁਲਹਾ ਬਾਂਦੋ ਤੁਲਹਾ ਬਾਂਦੋ ਆਗੇ ਕਹੋ ਕਿਸ ਤੁਲਹਾ ਬਾਂਦੋ ਕਿਆ ਪਰਵਾਸਾ ਕਿਆ ਪਰਵਾਸਾ ਕਿਆ ਪਰਵਾਸਾ ਤਨ ਕਾ ਆਗੇ ਕਹੋ ਕਿਸ ਤੁਲਹਾ ਬਾਂਦੋ ਆਗੇ ਕਹੋ ਕਿਸ ਤੁਲਹਾ ਬਾਂਦੋ ਕਿਆ ਪਰਵਾਸਾ ਤਨ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨੇ ਕੁਲਾਗੇ ਠੰਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਸੰਤੋ
ਪੰਖੇਰੂ ਬਨਕਾਏ ਮਨ ਉਡਣ ਪੰਖੇਰੂ ਬਨਕਾ ਕਹਾਂ ਵਿਸਾਸਾ ਇਸ ਭਾਂਡੇ ਕਹਾਂ ਵਿਸਾਸਾ ਇਸ ਭਾਂਡੇ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਕਹਾਂ ਵਿਸਾਸਾ ਇਸ ਭਾਂਡੇ ਇਤਨੇ ਕੁਲਾ ਇਸ ਭਾਂਡੇ ਕਾ ਵਿਸਾਸਾ ਇਸ ਭਾਂਡੇ ਕਾ ਵਿਸਾਸਾ ਇਸ ਭਾਂਡੇ ਕਾ ਵਿਸਾਸਾ ਇਸ ਭਾਂਡੇ ਜਿਸ ਤਰ੍ਹਾਂ ਮੇਰੇ ਬੜੇ ਹੀ ਸਤਿਕਾਰਯੋਗ ਵੀਰ ਜੀ ਡਾਕਟਰ ਇੰਦਰਜੀਤ ਸਿੰਘ ਜੀ ਜਿਨ੍ਹਾਂ ਉੱਪਰ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੈ, ਉਹਨਾਂ ਨੇ ਆਪ ਜੀ ਨੂੰ ਭਲੀ ਭਾਂਤੀ ਜਾਣੂ ਕਰਵਾਇਆ ਹੈ। ਅੱਜ ਅਸੀਂ ਸਾਰੇ ਅਤਿ ਸਤਿਕਾਰਯੋਗ ਮਾਤਾ ਜੀ ਬਲਵੀਰ ਕੌਰ ਜੀ ਜਿਹੜੇ ਲਗਭਗ 90 ਕੁ ਸਾਲ ਦੀ ਉਮਰ ਬਤੀਤ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਜਿੱਦਾਂ ਸਤਿਗੁਰਾਂ ਦੇ ਬਚਨ ਹਨ, ਸੇਵਕ ਕੀ ਔੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜਿਹੜੀ ਗੁਰਮੁਖ ਰੂਹ ਹੁੰਦੀ ਹੈ ਉਹਦੀ ਜੀਂਦਿਆਂ ਵੀ ਪ੍ਰੀਤ ਰੱਬ ਨਾਲ ਹੁੰਦੀ ਹੈ, ਅਤੇ ਜਦੋਂ ਉਹ ਰੂਹ ਜਾਂਦੀ ਹੈ ਉਦੋਂ ਵੀ ਰੱਬ ਰੱਬ ਕਰਦੀ ਜਾਂਦੀ ਹੈ। ਅਤਿ ਸਤਿਕਾਰਯੋਗ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਆਪਾਂ ਜੁੜ ਬੈਠੇ ਹਾਂ, ਕਿਉਂਕਿ ਗੁਰੂ ਰੂਪ ਸਤਿ ਸੰਗਤ ਜੀ ਮਾਤਾ ਜੀ ਦੇ ਜੀਵਨ ਤੋਂ ਦੇਖੀਏ, ਉਹਨਾਂ ਦਾ ਜਨਮ 1927 ਈਸਵੀ ਨੂੰ ਅਤਿ ਸਤਿਕਾਰਯੋਗ ਸਰਵਵਾਸੀ ਬਾਪੂ ਜੀ ਸਰਦਾਰ ਸੁੰਦਰ ਸਿੰਘ ਜੀ ਮਾਤਾ ਜੀ ਬਸੰਤ ਕੌਰ ਜੀ ਦੀ ਨੇਕ ਪੁੱਖ ਤੋਂ ਹੋਇਆ, ਪਿੰਡ ਰੂਪੋਵਾਲ ਜੈਲਦਾਰ ਵਿਖੇ ਜੋ ਕੱਥੂ ਨੰਗਲ 'ਚ ਪੈਂਦਾ ਹੈ। ਚੰਗੀ ਉਸ ਸਮੇਂ ਤਲੀਮ ਹਾਸਲ ਕੀਤੀ ਔਰ ਮੇਰੀਆਂ ਭੈਣਾਂ ਬੈਠੀਆਂ, ਜਦੋਂ ਘਰ 'ਚ ਕੋਈ ਸਾਡੀ ਧੀ ਪੈਦਾ ਹੁੰਦੀ ਹੈ ਸਭ ਤੋਂ ਜ਼ਿਆਦਾ ਤਲੀਮ ਇਹ ਹੁੰਦੀ ਹੈ ਕਿ ਸਾਡੀ ਬੇਟੀ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਵੇ। ਗੁਰੂ ਰੂਪ ਸਤਿ ਸੰਗਤ ਜੀ, ਕਿਉਂਕਿ ਮਾਪਿਆਂ ਦੇ ਘਰ 'ਚ ਬੇਟੀ ਨੂੰ ਪਿਆਰ ਦਿੱਤਾ ਜਾਂਦਾ ਹੈ, ਸਿਖਾਇਆ ਜਾਂਦਾ ਹੈ ਕਿ ਧੀਏ ਇਹ ਤੇਰਾ ਪੇਕਾ ਘਰ ਹੈ ਅਤੇ ਸਹੁਰੇ ਘਰ ਜਾਣਾ ਹੈ। ਸਤਿਗੁਰਾਂ ਦੇ ਵੀ ਬੜੇ ਸੁੰਦਰ ਪਾਵਨ ਬਚਨ ਹਨ। ਸਤਿਗੁਰੂ ਜੀ ਕਹਿੰਦੇ ਹਨ, ਬਾਬੁਲ ਕੇ ਘਰ ਬੇਟੜੀ ਬਾਲੀ ਬਾਲੇ ਨੇ। ਭਾਵੇਂ ਇਹ ਜਿਹੜੇ ਸੰਕੇਤ ਆ ਇਸ ਸਰੀਰ ਵਾਸਤੇ ਅਤੇ ਆਤਮਾ ਵਾਸਤੇ ਕੀਤੇ ਗਏ ਆ, ਪਰ ਸਮਝਾਇਆ ਗਿਆ ਹੈ ਕਿ ਜਦੋਂ ਮਾਪਿਆਂ ਦੇ ਘਰ ਧੀ ਪੈਦਾ ਹੁੰਦੀ ਹੈ ਉਹ ਇਹ ਗੁਰਬਾਣੀ ਦ੍ਰਿਸ਼ਟਾਂਤ ਦਿੰਦੀ ਹੈ ਵੀ ਇਸ ਘਰ ਨੂੰ ਪੱਕਿਆਂ ਨਹੀਂ ਸਮਝਣਾ। ਬਾਬੁਲ ਕੇ ਘਰ ਬੇਟੜੀ, ਗੁੱਡੀ ਗੁੱਡਿਆਂ ਭੈਣ ਭਰਾਵਾਂ ਨਾਲ ਪੱਕਾ ਪਿਆਰ ਨਹੀਂ ਪਾਉਣਾ, ਕਿਉਂਕਿ ਇਹ ਪੇਕਾ ਘਰ ਹੈ, ਸਹੁਰੇ ਘਰ ਜਾਣਾ ਹੈ।
ਔਰ ਧੰਨ ਬਾਬਾ ਨਾਨਕ ਜੀ ਦੇ ਬਚਨ ਹਨ, ਜੇ ਲੋੜੇ ਵਰ ਕਾਮਣੀ ਸਤਿਗੁਰ ਸੇਵੈ ਤੇ। ਜਿੱਦਾਂ ਇੱਕ ਮਾਂ ਕਹਿੰਦੀ ਆ, ਧੀਏ ਇੱਕ ਗੱਲ ਯਾਦ ਰੱਖੀ, ਤੇਰਾ ਵਿਆਹ ਹੋਣਾ ਹੈ, ਇਸ ਘਰ ਨੂੰ ਇੱਕ ਦਿਨ ਤੂੰ ਛੱਡਣਾ ਹੈ। ਹੁਣ ਸਤਿਗੁਰਾਂ ਦੇ ਪਾਵਨ ਬਚਨ ਹਨ ਬਾਬਾ ਨਾਨਕ ਜੀ ਦੇ, ਉਹ ਕਹਿੰਦੇ ਆ, ਬੀਰਾ ਬੀਰਾ ਕਰ ਰਹੀ ਵੀਰ ਭਏ ਬਹਿ ਰਾਏ। ਹੁਣ ਵੀਰ ਵੀਰ ਕਰਦੀ ਧੀ ਥੱਕਦੀ ਨਹੀਂ ਆ, ਭੈਣ ਥੱਕਦੀ ਨਹੀਂ, ਮੇਰਾ ਫਲਾਣਾ ਵੀਰ, ਮੇਰਾ ਆਹ ਵੀਰ। ਤੇ ਸਤਿਗੁਰ ਜੀ ਕਹਿੰਦੇ, ਜਦੋਂ ਫਿਰ ਵਿਆਹੁਣ ਵਾਲੇ ਆ ਜਾਂਦੇ ਆ, ਵੀਰ ਚੱਲੇ ਘਰ ਆਪਣੇ, ਬਹਿਣ ਬਿਰਹੈ ਚੱਲ ਜਾਏ। ਬਹਿਣ ਕਹਿੰਦੇ ਭੈਣ ਨੂੰ, ਕਹਿੰਦੇ ਜਦੋਂ ਭਰਾ ਭੈਣ ਨੂੰ ਡੋਲੀ ਵਿੱਚ ਬਿਠਾਉਂਦੇ ਹਨ, ਉਦੋਂ ਵਿਛੋੜੇ ਵਿੱਚ ਕਲਪਦੀ ਹੈ ਕਿ ਮੇਰੇ ਵੀਰਾਂ ਨਾਲ ਮੈਂ ਖੇਡਦੀ ਸੀ, ਮੈਂ ਘਰ ਛੱਡ ਕੇ ਚੱਲੀ ਹਾਂ। ਉਦਾਹਰਣ ਨਿਰੰਕਾਰੀ ਹੈ, ਸਮਝਾਇਆ ਸਾਨੂੰ ਹੈ ਕਿ ਸੱਚ ਕਰਕੇ ਜਾਣਿਓ, ਇਹ ਜਿਹੜਾ ਸਰੀਰ ਹੈ ਨਾ ਗੁਰੂ ਰੂਪ ਸਾਹਿਬ ਸੰਗਤ ਜੀ, ਇਹ ਸਰੀਰ ਜਿਹੜਾ ਹੈ ਨਾ, ਇਹ ਕਾਇਆ ਰੂਪੀ ਭੈਣ ਹੈ, ਤੇ ਇਹਦੇ ਵਿੱਚ ਜਿਹੜਾ ਜੀਵ ਆਤਮਾ ਇਹ ਵੀਰ ਹੈ। ਤੇ ਉਹ ਭੈਣ ਕਹਿੰਦੀ ਹੈ ਵੀ ਵੀਰ ਛੱਡ ਕੇ ਨਾ ਜਾਵੀ, ਵੀਰ ਦਾ ਵਿਛੋੜਾ ਮੇਰੇ ਕੋਲ ਸਹਿਆ ਨਹੀਂ ਜਾਣਾ। ਜਦੋਂ ਕੋਈ ਵੀਰ ਨਿਕਲ ਗਿਆ ਤੇ ਕਾਇਆ ਕਿਸੇ ਕੰਮ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਆ ਵੀ ਪੇਕੇ ਪਰਿਵਾਰ ਵਿੱਚ ਬੇਟੀ ਨੂੰ ਇੱਕ ਮਾਂ ਜੇ ਚੰਗੇ ਸੰਸਕਾਰ ਦਾਸ ਸਮਝਦਾ ਹੈ, ਮੇਨ ਗੱਲ ਤੇ ਇੱਥੋਂ ਸ਼ੁਰੂ ਹੁੰਦੀ ਹੈ ਜਿੱਥੋਂ ਧੀ ਚੰਗੇ ਸੰਸਕਾਰ ਲੈਂਦੀ ਹੈ। ਉਹ ਧੰਨਤਾ ਦੇ ਯੋਗ ਮਾਵਾਂ ਹਨ, ਮੇਰਾ ਆਪਣਾ ਵਿਚਾਰ ਹੈ, ਇੱਕ ਮਾਂ ਨੇ ਆਪਣੀ ਮਾਤਾ ਕੋਲੋਂ ਚੰਗੇ ਵਿਚਾਰ ਲਏ, ਚੰਗੇ ਸੰਸਕਾਰ ਲਏ, ਚੰਗੇ ਸੰਸਕਾਰ ਲੈ ਕੇ ਤੇ ਫਿਰ ਪਿੰਡ ਝੰਡੇ ਦੇ ਸਰਦਾਰ ਮੱਖਣ ਸਿੰਘ ਜੀ ਸੁਖੀ ਨਾਲ 1947 ਈਸਵੀ ਵਿੱਚ ਵਿਆਹ ਹੋਇਆ। ਗੁਰੂ ਰੂਪ ਸਾਧ ਸੰਗਤ ਜੀ ਬੇਟੀ ਦੇ ਰੂਪ ਵਿੱਚ ਰੂਪੋਵਾਲ ਜੈਲਦਾਰ ਨਗਰ ਵਿੱਚ ਵਿਚਰੇ, ਤੇ ਜਦੋਂ ਆਨੰਦ ਕਾਰਜ ਹੋਇਆ ਉਦੋਂ ਉਹ ਝੰਡੇ ਆ ਗਏ। ਤੇ ਮੈਂ ਇੱਕ ਬੇਨਤੀ ਕਰਾਂ, ਕਿਸੇ ਵੀ ਘਰ ਦੀ ਤਰੱਕੀ ਤਾਂ ਹੁੰਦੀ ਹੈ ਜੇ ਦੋਵੇਂ ਜੀ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ। ਔਰ ਸਖ਼ਤ ਮਿਹਨਤ ਕੀਤੀ ਦੋਵਾਂ ਜੀਆਂ ਨੇ, ਸਖ਼ਤ ਮਿਹਨਤ ਕੀਤੀ, ਔਰ ਇਹ ਜਿਹੜਾ ਨਗਰ ਹੈ ਫਤਿਹਗੜ੍ਹ ਚੂੜੀਆਂ ਵਿਖੇ ਮਿਹਨਤ ਕਰਨ ਵਾਸਤੇ ਆ ਗਏ। ਮੈਂ ਅੱਗੇ ਵੀਰ ਜੀ ਨਾਲ ਆਪਣੇ ਡਾਕਟਰ ਸਾਹਿਬ ਨਾਲ ਬਚਨ ਕਰ ਰਿਹਾ ਸੀ ਕਿ ਇਹ ਪਰਿਵਾਰ ਆਰੇ ਵਾਲਿਆਂ ਨਾਲ ਜਾਣਿਆ ਜਾਂਦਾ ਹੈ। ਇਸ ਪਰਿਵਾਰ ਵਿੱਚ ਆਣ ਕੇ ਸਖ਼ਤ ਮਿਹਨਤ ਕੀਤੀ, ਸਖ਼ਤ ਮਿਹਨਤ ਕੀਤੀ ਕਿਉਂਕਿ ਮੈਂ ਤਾਂ ਬੇਨਤੀਆਂ ਕਰ ਰਿਹਾ ਹਾਂ, ਸਤਿਗੁਰਾਂ ਦੀ ਬਾਣੀ ਦੇ ਵੀ ਬਚਨ ਆ, ਤੁਸੀਂ ਪੜ੍ਹ ਕੇ ਦੇਖਿਓ। ਬਲਵੰਡ ਖੀਵੀ ਸਭ ਸੋਏ, ਸਤਿਗੁਰ ਜੀ ਕਹਿੰਦੇ ਹਨ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਸਤਿਗੁਰ ਜੀ ਕਹਿੰਦੇ ਹਨ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ। ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸੰਗਤ ਨੂੰ ਸੰਭਾਲਦੇ ਸਨ, ਤੇ ਲੰਗਰ ਦਾ ਪ੍ਰਬੰਧ ਉਹਨਾਂ ਦੀ ਪਤਨੀ ਮਾਤਾ ਖੀਵੀ ਜੀ ਸੰਭਾਲਦੇ ਸਨ। ਫਿਰ ਘਰ ਦੀ ਤਰੱਕੀ ਤਾਂ ਹੀ ਹੁੰਦੀ ਹੈ ਨਾ ਜੀ, ਪਤੀ ਤੇ ਪਤਨੀ। ਸਤਿਗੁਰਾਂ ਦੀ ਬਾਣੀ ਵਿੱਚੋਂ ਬੜੇ ਬਚਨ ਆ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ ਹੋ ਗਏ ਤੇ ਮਾਤਾ ਗੰਗਾ ਜੀ ਨੇ ਸਾਰੇ ਪਰਿਵਾਰ ਨੂੰ ਸੰਭਾਲਿਆ। ਈਵਨ ਇੱਥੋਂ ਤੱਕ ਅੱਜ ਤੇ ਕਈ ਕੁਝ ਕਿਹਾ ਜਾਂਦਾ ਹੈ ਨਾ, ਹਰਿਮੰਦਰ ਸਾਹਿਬ ਵਿੱਚ ਲੰਗਰ ਵਰਤਾਉਣ ਤੱਕ ਦੀ ਸੇਵਾ ਮਾਤਾ ਗੰਗਾ ਜੀ ਕਰਦੇ ਰਹੇ, ਇਤਿਹਾਸ ਨੂੰ ਪੜ੍ਹ ਕੇ ਦੇਖੋ। ਫਿਰ ਇੱਕ ਨੇਕ ਪਤਨੀ ਤੇ ਫਿਰ 11 ਸਾਲ ਦਾ ਪੁੱਤਰ ਸੀ ਉਹਨਾਂ ਦਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਦੋਂ ਉਹ ਸ਼ਹੀਦ ਹੋ ਗਏ ਗੁਰੂ ਅਰਜਨ ਦੇਵ ਮਹਾਰਾਜ ਜੀ। ਮੈਂ ਤਾਂ ਬੇਨਤੀਆਂ ਕਰ ਰਿਹਾ ਹਾਂ ਵੀ ਜਿਹੜੀ ਨੇਕ ਪਤਨੀ ਹੈ ਨਾ, ਉਹਦੇ ਬਾਰੇ ਵੀ ਸਤਿਗੁਰਾਂ ਦੇ ਪਾਵਨ ਬਚਨ ਆ। ਉਹ ਕਹਿੰਦੇ ਆ 32 ਸੁਲੱਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ। ਕਹਿੰਦੇ ਨੇਕ ਧੀ ਉਹ ਹੁੰਦੀ ਹੈ ਜਿਹੜੇ ਆਪਣੇ ਪਤੀ ਦੇ ਦੁੱਖ ਸੁੱਖ ਵਿੱਚ ਉਹਦਾ ਸਾਥ ਦਿੰਦੀ ਹੈ, ਪਰਿਵਾਰ ਨੂੰ ਇੱਕ ਮੁੱਠ ਬੰਨਦੀ ਹੈ। ਸਗਲ ਸੰਤੋਖੀ ਦੇਰ ਜਠਾਨੀ
ਇਸ਼ ਪੂਰੇ ਮਨ ਕੰਤ ਸਵਾਮੀ ਸਾਰੇ ਪਰਿਵਾਰ ਨੂੰ ਇੱਕ ਮੁੱਠ ਕਰ ਦਿੰਦੀ ਹੈ। ਔਰ ਦਾਸ ਦਾ ਆਪਣਾ ਨਿੱਜੀ ਵਿਚਾਰ ਹੈ ਕਿ ਇਹ ਭਾਗਾਂ ਵਾਲੇ ਪਰਿਵਾਰ ਵਿੱਚ ਮਾਤਾ ਜੀ ਦਾ ਇਹ ਆਨੰਦ ਕਾਰਜ ਹੋਇਆ, ਪਰ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਸਤਿਕਾਰਯੋਗ ਮਾਤਾ ਜੀ ਬਲਵੀਰ ਕੌਰ ਜੀ ਲਗਭਗ 50 ਸਾਲ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਰਹੇ ਅਤੇ ਬਾਪੂ ਜੀ ਸਰਦਾਰ ਮੱਖਣ ਸਿੰਘ ਜੀ ਇਹਨਾਂ ਨੇ ਰਾਮਗੜੀਆ ਪ੍ਰਚਾਰ ਜਿਹੜੀ ਸਭਾ ਬਣਾਈ ਸੀ ਉਹਦੀ ਉਹ ਸੇਵਾ ਕਰਦੇ ਰਹੇ। ਪ੍ਰਚਾਰ ਦੋਵਾਂ ਜੀਆਂ ਨੇ ਕੀਤਾ ਔਰ ਜੋ ਉਹਨਾਂ ਨੇ ਕਰਮ ਕੀਤੇ ਆ ਉਹ ਕਰਮ ਉਹਨਾਂ ਦੇ ਬੇਟਿਆਂ ਨੂੰ ਉਹਦਾ ਫਲ ਮਿਲਿਆ ਹੈ। ਜੋ ਅਸੀਂ ਕਰਮ ਕਰਦੇ ਹਾਂ ਨਾ ਬੱਚਿਆਂ ਨੂੰ ਉਹਨਾਂ ਚੀਜ਼ਾਂ ਦਾ ਫਲ ਜ਼ਰੂਰ ਮਿਲਦਾ ਹੈ। ਕਿਤੇ ਇਕਾਗਰਤਾ ਨਾਲ ਦੇਖਿਓ ਕਿ ਸਤਿਕਾਰਯੋਗ ਮਾਤਾ ਜੀ ਨੂੰ ਰੱਬ ਨੇ ਹੀਰੇ ਵਰਗੇ 5 ਪੁੱਤਰ ਬਖਸ਼ੇ, 2 ਬੇਟੀਆਂ ਬਖਸ਼ੀਆਂ। ਮੇਰੇ ਵੀਰ ਜੀ ਡਾਕਟਰ ਤਰਲੋਚਨ ਸਿੰਘ ਜੀ ਸੋਖੀ, ਡਾਕਟਰ ਇੰਦਰਜੀਤ ਸਿੰਘ ਜੀ, ਡਾਕਟਰ ਕੁਲਦੀਪ ਸਿੰਘ ਜੀ, ਸਰਦਾਰ ਹਰਜਿੰਦਰ ਸਿੰਘ ਜੀ, ਇਕਬਾਲ ਸਿੰਘ ਜੀ, ਬੀਬੀ ਜਸਬੀਰ ਕੌਰ ਜੀ, ਜਸਪਾਲ ਕੌਰ ਜੀ, ਨੇਕ ਪਰਿਵਾਰ ਬਖਸ਼ਿਆ। ਮੇਰੇ ਵੀਰ ਜੀ 2 ਡੇਰਾ ਬਾਬਾ ਨਾਨਕ ਖਲਕਤ ਦੀ ਸੇਵਾ ਕਰਦੇ ਆ, ਵੀਰ ਜੀ ਤਰਲੋਚਨ ਸਿੰਘ ਜੀ ਅੰਮ੍ਰਿਤ ਵੇਲਾ ਇਹਨਾਂ ਨੇ ਸਾਂਭ ਸੇਵਾ ਸੇਵਾ ਸੰਭਾਲ ਸੁਸਾਇਟੀ ਬਣਾਈ ਹੈ। 400-500 ਸਿੰਘ ਇਕੱਠੇ ਹੋ ਕੇ ਮਹਾਰਾਜ ਦੇ, ਜਿਸ ਤਰ੍ਹਾਂ ਵੀਰਿੰਦਰ ਜੀ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਮਹਾਰਾਜ ਦੀ ਧਵਾਈ ਕਰਦੇ ਆ, ਫਿਰ ਵਿਛਾਈ ਹੁੰਦੀ ਹੈ, ਫਿਰ ਮਹਾਰਾਜ ਦੇ ਪ੍ਰਕਾਸ਼ ਕਰਦੇ ਆ ਔਰ ਮਨੁੱਖਤਾ ਦੀ ਸੇਵਾ ਨੂੰ ਤਤਪਰ। ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਇਹ ਬੇਟੇ ਬਖਸ਼ੇ ਅਤੇ ਗੁਰੂ ਰੂਪ ਸਾਧ ਸੰਗਤ ਜੀ ਇਹ ਤਾਂ ਹੀ ਚੀਜ਼ਾਂ ਮਿਲਦੀਆਂ ਹਨ ਜੇ ਮਾਤਾ ਪਿਤਾ ਦੇ ਸੰਸਕਾਰ ਚੰਗੇ ਹੋਣ। ਔਰ ਕੁਝ ਦਿਨ ਪਹਿਲਾਂ ਤੁਰਦਿਆਂ ਫਿਰਦਿਆਂ ਹੀ ਅਤੇ ਸਤਿਕਾਰਯੋਗ ਮਾਤਾ ਜੀ ਸਾਡੇ ਕੋਲ ਚਲੇ ਗਏ। ਇੱਕ ਵਿਦਵਾਨ ਦੇ ਬੜੇ ਸੋਹਣੇ ਬਚਨ ਆ, ਉਹ ਲਿਖਦਾ ਹੈ, ਉਹ ਕਹਿੰਦਾ ਕਿ ਤੁਰ ਜਾਣ ਇੱਕ ਵਾਰ ਅਤੇ ਮਾਵਾਂ ਲੱਭਦੀਆਂ ਨੇ। ਇਹਨਾਂ ਬੇਨਤੀ ਨੂੰ ਧਿਆਨ ਨਾਲ ਸਰਵਣ ਕਰਿਓ। ਉਹ ਕਹਿੰਦਾ ਵੀ ਤੁਰ ਜਾਵਣ ਇੱਕ ਵਾਰ ਅਤੇ ਮਾਵਾਂ ਲੱਭਦੀਆਂ ਨੇ, ਐਡੀਆਂ ਗੂੜੀਆਂ ਛਾਵਾਂ ਜੱਗ 'ਤੇ ਲੱਭਦੀਆਂ ਨੇ। ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨੇ, ਐਡੀਆਂ ਗੂੜੀਆਂ ਛਾਵਾਂ ਜੱਗ 'ਤੇ ਲੱਭਦੀਆਂ ਨੇ। ਪੁੱਤਰ ਭਾਵੇਂ ਲੱਖ ਜਹਾਨ ਤੇ ਮੰਦੇ ਨੇ, ਪੁੱਤਰ ਭਾਵੇਂ ਲੱਖ ਜਹਾਨ ਤੇ ਮੰਦੇ ਨੇ, ਮਾਵਾਂ ਆਖਣ ਸਾਰੇ ਜੱਗ ਤੋਂ ਚੰਗੇ ਨੇ। ਮਾਵਾਂ ਆਖਣ ਸਾਰੇ ਜੱਗ ਤੋਂ ਚੰਗੇ ਨੇ, ਹੋਰ ਕਿਸੇ ਤੋਂ ਇੰਜ ਇਛਾਵਾਂ ਲੱਭਦੀਆਂ ਨਹੀਂ। ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨੀ, ਐਡੀਆਂ ਗੂੜੀਆਂ ਛਾਵਾਂ ਜੱਗ 'ਤੇ ਲੱਭਦੀਆਂ ਨੀ। ਮੰਦਾ ਮੂੰਹ ਚੋਂ ਬੋਲ ਜੇ ਨਿਕਲੇ ਟੋਕਦੀਆਂ, ਮੰਦਾ ਮੂੰਹ ਚੋਂ ਬੋਲ ਜੇ ਨਿਕਲੇ ਟੋਕਦੀਆਂ, ਚੰਗੀ ਮਾੜੀ ਥਾਂ ਤੋਂ ਮਾਵਾਂ ਰੋਕਦੀਆਂ, ਚੰਗੀ ਮਾੜੀ ਥਾਂ ਤੋਂ ਮਾਵਾਂ ਰੋਕਦੀਆਂ, ਮੁਫਤ 'ਚ ਏਡੀਆਂ ਨੇਕ ਸਲਾਹਾਂ ਲੱਭਦੀਆਂ ਨੀ। ਤੁਰ ਜਾਵਣ ਇੱਕ ਵਾਰ 'ਤੇ ਮਾਵਾਂ ਲੱਭਦੀਆਂ ਨੇ। ਉਹ ਵਿਦਵਾਨ ਕਹਿੰਦਾ ਹੈ, ਉਹਦੀ ਆਪਣੀ ਵਿਚਾਰ ਹੈ, ਉਹਦਾ ਮਾਂ ਨਾਲ ਪਿਆਰ ਸੀ। ਉਹ ਕਹਿੰਦਾ ਹੈ, ਕੰਮ ਇੱਕ ਦੋਸਤਾ ਆਖਾ ਜਾਂਦਾ ਕਰ ਜਾਵੀਂ, ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ। ਕੰਮ ਇੱਕ ਦੋਸਤਾ ਆਖਾ ਜਾਂਦਾ ਕਰ ਜਾਵੀਂ, ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ। ਜੱਗ ਉੱਤੇ ਫਿਰ ਮਰਨ ਨੂੰ ਥਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ 'ਤੇ ਮਾਵਾਂ ਲੱਭਦੀਆਂ ਨੇ। ਉਹ ਕਹਿੰਦਾ ਹੈ, ਮਾਂ ਦਾ ਸ਼ਾਤਰ ਅੰਤ ਵਿਛੋੜਾ ਸਹਿਣਾ ਏ। ਹੁਣ ਜੇ ਮਾਂ ਦੇ ਸਾਹਮਣੇ ਪੁੱਤ ਕਿਤੇ ਡਿੱਗ ਪਵੇ ਤੇ ਮਾਂ ਦੇ ਕਲੇਜੇ ਨੂੰ ਪੁੱਛ ਕੇ ਉਹ ਕਹਿੰਦੀ ਹੈ ਵੀ ਮੇਰਾ ਪੁੱਤ ਕਿਉਂ ਡਿੱਗਾ ਹੈ, ਚੁੱਕਦੀ ਹੈ, ਮੂੰਹ ਚੁੰਮਦੀ ਹੈ। ਪਰ ਜਦੋਂ ਮਾਂ ਕਿਤੇ ਚਲੇ ਜਾਵੇ ਉਦੋਂ ਕੀ ਹੁੰਦਾ ਹੈ? ਉਹ ਵਿਦਵਾਨ ਅਖੀਰ ਤੇ ਲਿਖਦਾ, ਕਹਿੰਦਾ ਮਾਂ ਦਾ ਸ਼ਾਤਰ ਅੰਤ ਵਿਛੋੜਾ ਸਹਿਣਾ ਏ, ਆਪੇ ਡਿੱਗਣਾ ਤੇ ਆਪੇ ਹੀ ਉੱਠਣਾ ਪੈਣਾ ਏ। ਮਾਂ ਦਾ ਸ਼ਾਤਰ ਅੰਤ ਵਿਛੋੜਾ ਪੈਣਾ ਏ, ਆਪੇ ਡਿੱਗਣਾ ਤੇ ਆਪੇ ਉੱਠਣਾ ਪੈਣਾ ਏ। ਮੇਰਾ ਪੁੱਤ ਰਾਜਾ ਫਿਰ ਆਵਾਜ਼ਾਂ ਲੱਭਦੀਆਂ ਨਹੀਂ, ਮੇਰਾ ਪੁੱਤ ਰਾਜਾ ਫਿਰ ਆਵਾਜ਼ਾਂ ਲੱਭਦੀਆਂ ਨਹੀਂ। ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਐਡੀਆਂ ਗੂੜੀਆਂ ਛਾਵਾਂ ਜੱਗ 'ਤੇ
ਲੱਭਦੀਆਂ ਨੇ ਪੈਰਾਂ ਦੇ ਵਿੱਚ ਜੰਨਤ ਜਿਸ ਦੇ ਸਿਰ ਤੇ ਠੰਡੀਆਂ ਛਾਵਾਂ ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ ਗੋਦੀ ਦੇ ਵਿੱਚ ਮਮਤਾ ਵਸਦੀ ਦਾਮਨ ਵਿੱਚ ਖਜਾਵਾਂ ਉਹ ਜਿਨ੍ਹਾਂ ਕਰਕੇ ਦੁਨੀਆਂ ਵੇਖੀ ਉਹ ਰਹਿਣ ਸਲਾਮਤ ਮਾਵਾਂ ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ ਜਿਸ ਦੀ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ ਸਤਿਗੁਰੂ ਜੀ ਕਿਰਪਾ ਕਰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਉਹ ਕਹਿੰਦੇ ਵੀ ਜੇ ਮਾਂ ਵੀ ਨਾ ਰਹੇ ਬਾਪ ਵੀ ਨਾ ਰਹੇ ਮਿੱਤਰਾ ਫਿਰ ਕੀ ਬਣੇਗਾ ਤੇ ਸਤਿਗੁਰੂ ਜੀ ਕਹਿੰਦੇ ਆ ਵੀ ਜੇ ਮਾਂ ਤੇ ਬਾਪ ਨਾ ਰਹਿਣ ਗੁਸਾਈ ਮਹਿੰਦਾ ਇੱਠੜਾ ਅਮ ਅੱਬੇ ਥਾਵੋ ਮਿੱਠੜਾ ਫਿਰ ਰੱਬ ਦੇ ਚਰਨਾਂ 'ਚ ਅਰਦਾਸ ਕਰੀ ਉਹ ਮਾਂ ਤੇ ਪਿਤਾ ਦੇ ਬਰਾਬਰ ਦਾ ਪਿਆਰ ਦਿੰਦਾ ਹੈ ਤੇ ਮੈਂ ਆਪ ਜੀ ਸੰਗਤ ਦੇ ਚਰਨਾਂ ਵਿੱਚ ਸਿਰਫ ਸੰਖੇਪ ਜੀ ਵਿਚਾਰ ਕਰਾਂਗਾ ਉਸ ਤੋਂ ਬਾਅਦ ਆਪਾਂ ਇੱਕ ਸ਼ਬਦ ਦੀ ਹਾਜ਼ਰੀ ਲਗਾਵਾਂਗੇ ਮੇਰੀ ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ ਧੰਨ ਬਾਬਾ ਨਾਨਕ ਜੀ ਦਾ ਇਹ ਸ਼ਬਦ ਹੈ ਬਾਬਾ ਨਾਨਕ ਜੀ ਕਹਿੰਦੇ ਆ ਵੀ ਗੁਰਮੁਖਾ ਰੱਬ ਕੋਲੋਂ ਜਿੱਥੇ ਤੂੰ ਜੀਂਦਿਆਂ ਜੀ ਮਾਂ ਤੇ ਪਿਓ ਨੂੰ ਮੰਗਿਆ ਹੈ ਨਾ ਇੱਕ ਚੀਜ਼ ਰੱਬ ਕੋਲੋਂ ਹੋਰ ਮੰਗੀ ਕਿ ਰੱਬ ਜੀ ਜੇ ਅੱਜ ਮੇਰੀ ਮਾਂ ਨਹੀਂ ਮੇਰਾ ਬਾਪ ਨਹੀਂ ਤੇ ਮੈਨੂੰ ਤੂੰ ਆਪਣੀ ਮਾਂ ਤੇ ਬਾਪ ਬਖਸ਼। ਹੁਣ ਬਾਬਾ ਨਾਨਕ ਜੀ ਕਿਸ ਮਾਂ ਤੇ ਬਾਪ ਦੀ ਗੱਲ ਕਰਦੇ ਆ? ਬਾਬਾ ਨਾਨਕ ਜੀ ਕਹਿੰਦੇ ਆ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਸੇਖ। ਰੱਬ ਜੀ ਯਤਨ ਕਰਿਓ ਮੈਨੂੰ ਚੰਗੀ ਬੁੱਧ ਬਖਸ਼ਿਓ, ਮੈਨੂੰ ਚੰਗੀ ਸੋਚ ਬਖਸ਼ਿਓ, ਉਹ ਮੇਰੀ ਮਾਂ ਹੈ। ਗੁਰੂ ਰੂਪ ਸਾਧ ਸੰਗਤ ਜੀ, ਜਿਸ ਮਾਂ ਦੇ ਵਿਚਾਰ ਚੰਗੇ ਆ, ਜਿਸ ਮਾਂ ਦਾ ਮਾਂ ਦੀ ਸੋਚ ਚੰਗੀ ਹੈ, ਸਤਿਗੁਰੂ ਜੀ ਕਹਿੰਦੇ ਸੱਚ ਕਰਕੇ ਜਾਣਿਓ ਉਸ ਔਲਾਦ ਦਾ ਪਿਤਾ ਵੀ ਸੰਤੋਖੀ ਹੋਵੇਗਾ। ਮਾਤਾ ਮਤ ਪਿਤਾ ਸੰਤੋਖ, ਸਤਿਗੁਰੂ ਜੀ ਕਹਿੰਦੇ ਆ ਵੀ ਸੰਤੋਖੀ ਜੀਵਨ ਰੱਬ ਜੀ ਨੂੰ ਬਖਸ਼ਦੇ, ਚੰਗੀ ਬੁੱਧ ਬਖਸ਼ਦੇ ਇਹ ਮਾਂ ਤੇ ਪਿਓ ਹਨ। ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ, ਤੇ ਜਿਹਨੂੰ ਰੱਬ ਨੇ ਚੰਗੀ ਬੁੱਧ ਬਖਸ਼ੀ ਹੈ, ਚੰਗਾ ਪਿਤਾ ਬਖਸ਼ਿਆ ਹੈ, ਉਹ ਪਰਉਪਕਾਰੀ ਖਲਕਤ ਦੀ ਸੇਵਾ ਕਰਦਾ ਹੈ, ਇਹ ਉਹਦੇ ਭੈਣ ਭਰਾ ਦੇ ਰੂਪ ਵਿੱਚ ਕੰਮ ਕਰਦੇ ਹਨ। ਧੰਨ ਬਾਬਾ ਨਾਨਕ ਜੀ ਕਹਿੰਦੇ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਾਂ ਕੁਦਰਤ ਕੀਮਤ ਨਹੀਂ ਪਾਏ। ਸਤਿਗੁਰੂ ਜੀ ਕਹਿੰਦੇ ਵੀ ਚੰਗੀ ਬੁੱਧ ਇਹ ਕਿੱਦਾਂ ਰੱਬ ਬਖਸ਼ੇ? ਸਤਿਗੁਰੂ ਜੀ ਕਹਿੰਦੇ ਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਹਨ ਕਿ ਆਪਾਂ ਅਰਦਾਸ ਕਰਦੇ ਹਾਂ ਨਾ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਕਹਿੰਦੇ ਮਨ ਦੀ ਸ੍ਰੇਸ਼ਟ ਕਰਨੀ ਚੰਗੀ ਹੋ ਜਾਵੇ, ਮਨ ਦੇ ਵਿਚਾਰ ਚੰਗੇ ਹੋ ਜਾਣ। ਮਨ ਦੇ ਵਿਚਾਰ ਚੰਗੇ ਹੁੰਦੇ ਜੇ ਸਾਨੂੰ ਚੰਗੀ ਸੰਗਤ ਮਿਲ ਜਾਵੇ। ਸਤਿਗੁਰੂ ਜੀ ਕਹਿੰਦੇ ਆ ਕਿ ਮਨ ਦੇ ਵਿਚਾਰ ਚੰਗੇ ਹੋਣ, ਗੁਰਬਾਣੀ ਕੀ ਹੈ? ਗੁਰੂ ਰੂਪ ਸਾਧ ਸੰਗਤ ਜੀ, ਜਿੱਦਾਂ ਪਰਮਾਤਮਾ ਨੇ ਦੋ ਅੱਖਾਂ ਦਿੱਤੀਆਂ, ਦੋ ਕੰਨ ਦਿੱਤੇ ਆ, ਅੱਖਾਂ ਰਾਹੀਂ ਅਸੀਂ ਦੇਖਦੇ ਹਾਂ, ਕੰਨਾਂ ਰਾਹੀਂ ਗੁਰੂ ਦਾ ਸ਼ਬਦ ਅੰਦਰ ਜਾਂਦਾ ਹੈ। ਜਿਹੜੀ ਚੀਜ਼ ਅੰਦਰ ਜਾਂਦੀ ਹੈ ਨਾ ਸਾਡੇ, ਉਹੀ ਸਾਡੀ ਜ਼ਬਾਨ ਥਾਣੀ ਬਾਹਰ ਨਿਕਲਦੀ ਹੈ। ਜੇ ਮਾਂ ਨੇ ਜਾਂ ਗੁਰੂ ਨੇ ਚੰਗੇ ਸੰਸਕਾਰ ਸਾਡੇ ਅੰਦਰ ਦਿੱਤੇ ਆ ਨਾ, ਫਿਰ ਉਹ ਚੰਗੀ ਚੀਜ਼ ਇਸ ਜ਼ਬਾਨ ਇਸ ਰਸਨਾ ਰਾਹੀਂ ਬਾਹਰ ਨਿਕਲੇਗੀ। ਸਤਿਗੁਰੂ ਜੀ ਕਹਿੰਦੇ ਤੇ ਕਟੋਰੇ ਆ, ਜਿਹੜੀ ਚੀਜ਼ ਅੰਦਰ ਜਾਂਦੀ ਹੈ, ਤਾਂ ਤੇ ਸਤਿਗੁਰੂ ਜੀ ਕਹਿੰਦੇ ਨਾਨਕ ਫਿੱਕਾ ਬੁੱਲ ਹੈ ਤਨ ਮਨ ਫਿੱਕਾ ਹੋਏ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਚੰਗੀ ਬੁੱਧ ਰੱਬ ਨੇ ਬਖਸ਼ ਦਿੱਤੀ ਨਾ, ਉਹ ਸਮਝ ਲਓ ਉਹਨੂੰ ਚੰਗੀ ਮਾਂ ਮਿਲ ਗਈ। ਮਾਤਾ ਮਤ ਪਿਤਾ ਸੰਤੋਖ, ਉਹਦਾ ਸੰਤੋਖੀ ਜੀਵਨ ਹੋ ਗਿਆ। ਸਤਿਗੁਰੂ ਜੀ ਕਹਿੰਦੇ ਹਨ ਕਿਉਂਕਿ ਮਨ 'ਚ ਜਿਹੜੇ ਚੰਗੇ ਮਾੜੇ ਵਿਚਾਰ ਆਉਂਦੇ ਆ ਨਾ, ਇਹਦੇ ਬਾਰੇ ਬੁੱਧ ਸੋਚਦੀ ਹੈ। ਮਨ 'ਚ ਜਿਹੜੇ ਚੰਗੇ, ਇਹ ਜ਼ਰੂਰੀ ਨਹੀਂ ਵੀ ਆਪਾਂ ਸੰਗਤ 'ਚ ਬੈਠੇ ਹਾਂ, ਆਪਾਂ ਸੰਗਤ 'ਚ ਬੈਠੇ ਵੀ ਸੰਗਤ ਕਰਦੇ ਹੋਈਏ। ਇਹ ਮਨ ਐਸਾ ਹੈ, ਬੰਦੇ ਨੂੰ ਸੰਗਤ 'ਚ ਬੈਠਿਆਂ ਵੀ ਕੁਸੰਗਤ ਕਰਵਾ ਦਿੰਦਾ, ਮਨ ਦਾ ਕੋਈ ਪਤਾ ਹੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਮਨ ਦੇ ਚੰਗੇ ਖਿਆਲ ਇਹ ਸਾਡੀ ਸੰਗਤ 'ਤੇ ਡਿਪੈਂਡ ਕਰਦੇ ਆ। ਇਸੇ ਕਰਕੇ ਤਾਂ ਸਤਿਗੁਰੂ ਜੀ ਕਹਿੰਦੇ ਮਨ ਕੀ, ਇਹ ਮਨ ਪੰਚ ਤੱਤ ਤੇ ਜਨਮਾ, ਇਸ ਮਨ ਦਾ ਜਨਮ ਪੰਜਾਂ ਤੱਤਾਂ ਤੋਂ ਹੋਇਆ ਹੈ। ਵੇਖੋ ਇਹ ਮਨ ਕਦੀ ਬੰਦੇ ਨੂੰ ਹਵਾ ਵਰਗਾ ਠੰਡਾ,
ਕਦੀ ਪਾਣੀ ਵਰਗਾ ਤੱਤਾ ਗਰਮ ਕਰ ਦਿੰਦਾ ਹੈ, ਕਦੀ ਬਿਲਕੁਲ ਆਕਾਸ਼ ਵਰਗਾ ਖੁੱਲ ਦਿਲਾ ਬਣਾ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਮਨ ਦਾ ਟਿਕ ਜਾਣਾ, ਮਨ ਦੀ ਇਕਾਗਰਤਾ, ਮਨ ਦੀ ਮੈਡੀਟੇਸ਼ਨ ਜਿਹੜੀ ਹੈ ਉਹ 32 ਬਿਮਾਰੀਆਂ ਤੋਂ ਸਾਨੂੰ ਬਚਾਉਂਦੀ ਹੈ। ਸਤਿਗੁਰੂ ਜੀ ਕਹਿੰਦੇ ਹਨ ਜਿਹਨੂੰ ਜਿਹਦੇ ਮਨ ਦੇ ਵਿਚਾਰ ਚੰਗੇ ਹੋ ਗਏ ਉਹਨੂੰ ਸ੍ਰੇਸ਼ਟ ਪਤਨੀ ਮਿਲ ਗਈ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਸੇਖ, ਕਰਨਾ ਹੈ ਕਹਿਣਾ ਹੈ ਕਿਛ ਕਹਿਣ ਨਾ ਜਾਏ, ਤਉ ਕੁਦਰਤ ਕੀਮਤ ਨਹੀਂ ਪਾਏ। ਸਤਿਗੁਰੂ ਜੀ ਕਹਿੰਦੇ ਹਨ ਸਾਹਾ ਸੰਜੋਗ ਵਿਆਹੋ ਵਿਜੋਗ, ਗੁਰਮੁਖਾਂ ਦੀ ਸੰਗਤ ਕਰੀਏ ਤੇ ਰੱਬ ਕੋਲੋਂ ਇਹ ਚੀਜ਼ ਮੰਗੀਏ, ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਗੁਰਮੁਖਾਂ ਦੀ ਸੰਗਤ ਮਿਲੇ। ਧੰਨ ਬਾਬਾ ਨਾਨਕ ਜੀ ਕਹਿੰਦੇ ਜਿੱਥੇ ਚੰਗੀ ਸੰਗਤ ਆ ਨਾ ਉੱਥੇ ਚੰਗੇ ਵਿਚਾਰ ਆ, ਜਿੱਥੇ ਚੰਗੀ ਵਿਚਾਰ ਹੈ ਉੱਥੇ ਚੰਗੀ ਮਤ ਹੈ, ਜਿੱਥੇ ਚੰਗੀ ਮਤ ਤੇ ਬੁੱਧ ਹੈ ਉੱਥੇ ਸੰਤੋਖ ਤੇ ਸਿਮਰਨ ਹੈ, ਜਿੱਥੇ ਸੰਤੋਖ ਤੇ ਸਿਮਰਨ ਹੈ ਉੱਥੇ ਵਾਹਿਗੁਰੂ ਤੇ ਭਰੋਸਾ ਹੈ, ਜਿੱਥੇ ਵਾਹਿਗੁਰੂ ਤੇ ਭਰੋਸਾ ਹੈ ਉੱਥੇ ਸੁਰਤ ਵਿੱਚ ਇਕਾਗਰਤਾ ਹੈ, ਜਿੱਥੇ ਸੁਰਤ ਵਿੱਚ ਇਕਾਗਰਤਾ ਹੈ ਉੱਥੇ ਮਾੜੇ ਵਿਕਾਰ ਮਾੜੀ ਸੋਚ ਖਤਮ ਹੋ ਜਾਂਦੀ ਹੈ, ਜਿੱਥੇ ਮਾੜੇ ਵਿਕਾਰ ਖਤਮ ਹੋ ਜਾਣ ਉੱਥੇ ਗਿਆਨ ਪੈਦਾ ਹੋ ਜਾਂਦਾ ਹੈ, ਔਰ ਜਿੱਥੇ ਗਿਆਨ ਪੈਦਾ ਹੋ ਜਾਂਦਾ ਉੱਥੇ ਪਰਮਾਤਮਾ ਆਪ ਦਰਸ਼ਨ ਦਿੰਦਾ ਹੈ। ਇਹ ਗੁਰੂ ਦਾ ਸ਼ਬਦ ਹੈ। ਮਾਤਾ ਮਤ ਪਿਤਾ ਸੰਤੋਖ, ਮੈਂ ਤਾਂ ਬੇਨਤੀਆਂ ਕੀਤੀਆਂ ਹਨ ਵੀ ਜੇ ਦੁਨਿਆਵੀ ਮਾਂ ਤੇ ਬਾਪ ਚਲਿਆ ਜਾਵੇ ਨਾ ਤੇ ਫਿਰ ਮਾਂ ਤੇ ਬਾਪ ਤੋਂ ਵੱਧ ਕੇ ਜੇ ਕੋਈ ਪਿਆਰ ਕਰਦਾ ਹੈ ਉਹ ਕਰਦਾ ਹੈ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਓ। ਸਤਿਗੁਰੂ ਜੀ ਕਿਰਪਾ ਕਰਨ ਗੁਰਸਿੱਖ ਪਰਿਵਾਰ ਨੂੰ, ਕਿਉਂਕਿ ਤੁਸੀਂ ਅਖਬਾਰ ਵਿੱਚ ਵੀ ਪੜ੍ਹਿਆ ਹੋਵੇਗਾ, ਮੈਂ ਅਖੀਰ 'ਚ ਬੇਨਤੀ ਕਰਕੇ ਆਪਾਂ ਸ਼ਬਦ ਦੀ ਹਾਜ਼ਰੀ ਲਗਾਵਾਂਗੇ, ਤੁਸੀਂ ਪੜ੍ਹਿਆ ਹੋਵੇਗਾ ਅਖਬਾਰ ਵਿੱਚ ਖਬਰ ਆਈ ਸੀ ਕਿ ਇੱਕ ਬੱਚੇ ਦੀ ਉਮਰ ਜੇ 6-7 ਸਾਲ ਦੀ ਸੀ ਤੇ ਉਹਦੀ ਮਾਂ ਚਲਾਣਾ ਕਰ ਗਈ ਤੇ ਬਾਪ ਨੇ ਦੂਸਰਾ ਵਿਆਹ ਕਰਵਾ ਲਿਆ। 2 ਸਾਲ ਲੰਘੇ, ਬਾਪ ਨੇ ਆਪਣੇ ਪੁੱਤ ਨੂੰ ਗੋਦੀ 'ਚ ਬਿਠਾਇਆ ਹੈ, ਉਹ ਕਹਿੰਦਾ ਬੇਟਾ ਦੱਸ, ਤੈਨੂੰ ਜਨਮ ਦੇਣ ਵਾਲੀ ਮਾਂ ਤੇ ਵਿਚਾਰੀ ਮਰ ਗਈ 2 ਸਾਲ ਪਹਿਲਾਂ, ਹੁਣ ਵਾਲੀ ਮਾਂ ਤੇ ਪਹਿਲਾਂ ਵਾਲੀ ਮਾਂ 'ਚ ਫਰਕ ਕੀ ਹੈ? ਹੁਣ ਬੇਟਾ ਕਹਿਣ ਲੱਗਾ ਬਾਪੂ ਤੈਨੂੰ ਸੱਚੋ ਸੱਚ ਦੱਸਾਂ। ਕਹਿੰਦਾ ਸੱਚੋ ਸੱਚ ਦੱਸ। ਕਹਿੰਦਾ ਵੀ ਜਿਹੜੀ ਮੇਰੀ ਮਾਂ ਅਸਲੀ ਮਰ ਗਈ ਨਾ ਮੈਨੂੰ ਜਨਮ ਦੇ ਕੇ, ਉਹ ਬੋਲਦੀ ਸੀ ਝੂਠ ਤੇ ਹੁਣ ਵਾਲੀ ਮਾਂ ਸੱਚ ਬੋਲਦੀ ਹੈ, ਹੁਣ ਵਾਲੀ ਮਾਂ ਸੱਚ ਬੋਲਦੀ ਹੈ, ਇਹ ਫਰਕ ਹੈ ਬੇਟਾ, ਇਹ ਕਿੱਦਾਂ? ਤੇ ਅੱਗੋਂ ਬੜੇ ਪਿਆਰ ਨਾਲ ਉਹ ਬੇਟਾ ਜਵਾਬ ਦਿੰਦਾ ਹੈ ਕਿ ਬਾਪੂ ਇੱਕ ਗੱਲ ਦੱਸਾਂ, ਜਦੋਂ 4 ਸਾਲ ਦਾ ਸੀ ਨਾ ਤੇ ਮੇਰੀ ਉਹ ਪਹਿਲੀ ਮਾਂ ਜਿੰਦੀ ਸੀ, ਤੇ ਜਦੋਂ ਮੈਂ ਬਾਹਰ ਖੇਡਣ ਜਾਣਾ ਨਾ ਸਵੇਰੇ, ਜਦੋਂ ਛੁੱਟੀ ਹੋਣੀ ਤੇ ਉਹਨੇ ਮੇਰੇ ਪਿੱਛੇ ਪਿੱਛੇ ਡੰਡਾ ਲੈ ਕੇ ਫਿਰਨਾ ਵੀ ਤੂੰ ਘਰ ਵਾਪਸ ਆ ਜਾ, ਜੇ ਤੂੰ ਘਰ ਵਾਪਸ ਆਇਆ ਤੈਨੂੰ ਮੈਂ ਡੰਡਿਆਂ ਨਾਲ ਕੁੱਟਣਾ ਹੈ ਤੇ ਮੈਂ ਤੈਨੂੰ ਰੋਟੀ ਵੀ ਨਹੀਂ ਦੇਣੀ। ਪਰ ਜਦੋਂ ਮੈਂ ਸ਼ਾਮ ਨੂੰ ਘਰ ਡਰਦੇ ਡਰਦੇ ਆਉਣਾ ਨਾ, ਉਸ ਮਾਂ ਨੇ ਨਾ ਮੈਨੂੰ ਡੰਡਿਆਂ ਨਾਲ ਕੁੱਟਣਾ ਤੇ ਨਾ ਹੀ ਮੈਨੂੰ ਇਹ ਨਹੀਂ ਕਹਿਣਾ ਵੀ ਮੈਂ ਤੈਨੂੰ ਰੋਟੀ ਨਹੀਂ ਦੇਣੀ, ਉਹਨੇ ਰੋਟੀ ਵੀ ਦੇਣੀ ਤੇ ਗੋਦੀ 'ਚ ਬਿਠਾ ਵੀ ਲੈਣਾ। ਤੇ ਬਾਪੂ ਜਿਹੜੀ ਪਹਿਲੀ ਮਾਂ ਸੀ ਨਾ ਇਹਦਾ ਮਤਲਬ ਉਹ ਝੂਠ ਬੋਲਦੀ ਸੀ, ਪਰ ਜਿਹੜੀ ਹੁਣ ਵਾਲੀ ਮਾਂ ਹੈ ਨਾ ਜੇ ਕਹਿੰਦੀ ਹੈ ਨਾ ਤੈਨੂੰ ਡੰਡਿਆਂ ਨਾਲ ਕੁੱਟਣਾ ਹੈ ਤੇ ਉਹ ਡੰਡਿਆਂ ਨਾਲ ਕੁੱਟਦੀ ਹੈ, ਜੇ ਕਹਿੰਦੀ ਹੈ ਨਾ ਵੀ ਰੋਟੀ ਨਹੀਂ ਦੇਣੀ ਤੇ ਬਾਪੂ ਉਹ ਰੋਟੀ ਨਹੀਂ ਉਹ ਦਿੰਦੀ। ਅਸਲੀ ਮਾਂ ਤੇ ਇਸ ਮਾਂ 'ਚ ਇਹ ਫਰਕ ਹੈ। ਗੁਰੂ ਰੁਖਸਤ ਸਿੰਘ ਜੀ, ਸਤਿਗੁਰੂ ਜੀ ਕਿਰਪਾ ਕਰਨ, ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ। ਸਤਿਗੁਰੂ ਜੀ ਕਿਰਪਾ ਕਰਨ, ਹਰ ਇੱਕ ਬੱਚੇ ਨੂੰ ਆਪਣੀ ਮਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ, ਔਰ ਹਰ ਇੱਕ ਬੱਚੇ ਦੀ ਮਾਂ ਜਿਹੜੀ ਹੈ ਉਹ ਲੰਮੀ ਉਮਰ ਬਤੀਤ ਕਰਕੇ ਜਾਏ। ਬਾਕੀ ਜਾਣਾ ਤੇ ਇਸ ਸੰਸਾਰ ਤੋਂ ਸਾਰਿਆਂ ਨੇ ਹੈ, ਗਿਆਨੀ ਨੇ ਵੀ ਜਾਣਾ ਹੈ, ਰਾਜੇ ਨੇ ਵੀ ਜਾਣਾ ਹੈ, ਕੰਗਾਲ ਨੇ ਵੀ ਜਾਣਾ ਹੈ ਕਿ ਮੌਤ ਇੱਕ ਅਟਲ ਸਚਿਆਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਕਿਉਂਕਿ ਦਾਸ ਦੇਖ ਰਿਹਾ ਹੈ ਜਿੱਥੇ ਇਸ ਨਗਰ ਦੀ ਸੰਗਤ ਆਈ ਹੈ ਬਾਬਾ ਬੁੱਢਾ ਸਾਹਿਬ ਜੀ ਤੋਂ,
ਸੰਤ ਬਾਬਾ ਹਰਨਾਮ ਸਿੰਘ ਜੀ ਨੰਨ ਦੀ ਬੇਟੇ ਜਿਹਨਾਂ ਉੱਪਰ ਅਕਾਲ ਪੁਰਖ ਦੀ ਬਖਸ਼ਿਸ਼ ਹੈ ਉਹ ਵੀ ਗੁਰੂ ਦੀ ਗੋਦ ਵਿੱਚ ਬੈਠੇ ਆ। ਮੇਰੇ ਵੀਰ ਜੀ ਵਰਿਆਮ ਸਿੰਘ ਜੀ, ਪ੍ਰੇਮ ਸਾਗਰ ਜੀ, ਡੇਰਾ ਬਾਬਾ ਨਾਨਕ ਤੋਂ ਮਹਿੰਗਾ ਰਾਮ ਗਰੀਬ ਜੀ, ਦਾਸ ਨਾਂ ਲੈਣ ਲੱਗੇ ਸਮਾਂ ਲੱਗਦਾ ਹੈ ਕਿਉਂਕਿ ਡਾਕਟਰ ਸਾਹਿਬ ਨਾਲ ਪਿਆਰ ਹੈ। ਗੁਰੂ ਦੀ ਗੋਦ ਵਿੱਚ ਬੜੀਆਂ ਪਿਆਰੀਆਂ ਰੂਹਾਂ ਬੈਠੀਆਂ ਹਨ। ਸਤਿਗੁਰੂ ਜੀ ਸਾਡੇ ਸਾਰਿਆਂ ਦੀ ਹਾਜ਼ਰੀ ਲਗਾਉਣ। ਸਿੰਘ ਸਾਹਿਬਾਨ ਪਹੁੰਚਣ ਵਾਲੇ ਹਨ, ਉਹਨਾਂ ਦੇ ਪਹੁੰਚਣ ਤੱਕ ਉਹ ਸਤਿਗੁਰਾਂ ਦੇ ਪਾਵਨ ਸ਼ਬਦ ਨਾਲ ਸਾਰੀ ਕਈ ਵਾਰੀ ਹੈ।
ਪਾਲਕੀ ਦੇ ਸਾਹਮਣੇ ਪਾਲਕੀ ਦੇ ਵਿੱਚ ਬੈਠੇ ਹੋਏ ਨਬੀ ਦਾ ਧਿਆਨ ਸਿੱਧਾ ਛੋਟੇ ਜਿਹੇ ਸ਼ਹਿਜ਼ਾਦੇ ਤੇ ਪਿਆ। ਸਾਰੇ ਦਾ ਸਾਰਾ ਧਿਆਨ ਖਿੱਚਿਆ ਗਿਆ ਉਹਦੇ ਪਾਸੇ, ਸਾਰੇ ਦਾ ਸਾਰਾ ਧਿਆਨ ਖਿੱਚਿਆ ਗਿਆ। ਮਨ ਹੀ ਮਨ ਵਿੱਚ ਸੋਚਦਾ, ਅੱਲਾ ਦਾ ਨਾਮ ਜਪ ਰਿਹਾ ਬੰਦਗੀ ਕਰਨ ਵਾਲੀ ਰੂਹ ਆ। ਮਨ ਹੀ ਮਨ ਵਿੱਚ ਸੋਚਦਾ, ਏਡਾ ਸੋਹਣਾ ਸ਼ਹਿਜ਼ਾਦਾ, ਦੇਖਣ ਨੂੰ ਉਮਰ ਬੜੀ ਛੋਟੀ ਪਰ ਅੰਦਰ ਬਜ਼ੁਰਗੀ ਝਲਕਦੀ ਆ, ਬੜੀ ਬਖਸ਼ਿਸ਼ ਆ। ਅਜੇ ਇੰਨਾ ਮਨ ਵਿੱਚ ਸੋਚ ਰਿਹਾ ਸੀ ਤੇ ਛੋਟਾ ਜਿਹਾ ਸ਼ਹਿਜ਼ਾਦਾ ਸੀ ਨਾ ਬੋਲ ਪਿਆ। ਬੋਲ ਕੇ ਪਹਿਲਾਂ ਕੀ ਕਹਿਣ ਲੱਗਾ, ਕਹਿੰਦਾ ਉਹ ਅਜੇ ਮਿਲਿਆ ਹੀ ਕਿ ਨਹੀਂ, ਅਜੇ ਮਿਲਿਆ ਹੀ ਕਿ ਨਹੀਂ। ਇੰਨੀ ਗੱਲ ਕਹਿਣ ਦੀ ਡੇਰ ਸੀ, ਉਸ ਨਬੀ ਨੇ ਕਿਹਾ ਆਪਣੇ ਅਹਿਲਕਾਰਾਂ ਨੂੰ, ਕੁਆਰਾਂ ਨੂੰ ਕਹਿਣ ਲੱਗਾ, ਪਾਲਕੀ ਹੇਠਾਂ ਰੱਖ ਦਿਓ ਜ਼ਮੀਨ ਤੇ। ਪਾਲਕੀ ਹੇਠਾਂ ਰੱਖੀ, ਪਾਲਕੀ ਚੋਂ ਹੱਥ ਜੋੜੇ, ਨੰਗੀ ਪੈਰੀ ਦੋਵੇਂ ਹੱਥ ਜੋੜੇ, ਉਸ ਸ਼ਹਿਜ਼ਾਦੇ ਦੇ ਅੱਗੇ ਜਾ ਕੇ ਦੋਵੇਂ ਗੋਡੇ ਟੇਕ ਦਿੱਤੇ। ਦੋਵੇਂ ਗੋਡੇ ਨਹੀਂ ਟੇਕੇ ਇਕੱਲੇ, ਆਪਣਾ ਮਸਤਕ ਉਸ ਸ਼ਹਿਜ਼ਾਦੇ ਦੇ ਗੁਲਾਬ ਦੇ ਫੁੱਲਾਂ ਵਰਗੇ ਚਰਨਾਂ ਦੇ ਉੱਪਰ ਰੱਖ ਦਿੱਤਾ। ਆਪਣਾ ਮਸਤਕ ਆਪਣੇ ਮੁੱਖ ਨਾਲ ਚਰਨ ਚੁੰਮ ਕੇ ਉੱਚੀ ਸਾਰੀ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਸ਼ਹਿਜ਼ਾਦਾ ਜੀ ਅੱਗੇ ਨਹੀਂ ਉਹ ਮਿਲਿਆ, ਹੁਣ ਮਿਲ ਗਿਆ। ਉਹ ਗੁਰੂ ਰੂਪ ਸਾਧ ਸੰਗਤ ਜੀ ਉਹ ਧਿਆਨ ਦਿਓ, ਉਹ ਸ਼ਹਿਜ਼ਾਦੇ ਕੌਣ ਸਨ, ਉਹ ਨਬੀ ਕੌਣ ਸੀ? ਉਹ ਨਬੀ ਸੀ ਚਿਰਾਗ ਦੀਨ ਮੁਸਲਮਾਨੀ ਮਤ ਦਾ, ਔਰ ਉਹ ਸ਼ਹਿਜ਼ਾਦੇ ਸਨ ਦਸਮ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਉਹ ਮੁਸਲਮਾਨ ਨਬੀ ਜਿਹਨੂੰ ਸਾਰੇ ਉਹ ਅੱਲਾ ਕਰਕੇ ਜਾਣਦੇ ਆ, ਅੱਲਾ ਅੱਲਾ ਜਪਦਾ ਆ ਰਿਹਾ, ਪਾਲਕੀ ਦੇ ਅੱਗੇ ਖੜ ਕੇ ਧੰਨ ਗੁਰੂ ਗੋਬਿੰਦ ਸਿੰਘ ਦਸਮ ਪਿਤਾ ਉੱਚੀ ਸਾਰੀ ਕਹਿੰਦੇ ਹੋਏ, ਇੰਨਾ ਚਿਰ ਹੋ ਗਿਆ ਤੈਨੂੰ ਅੱਲਾ ਅੱਲਾ ਕਰਦਿਆਂ ਨੂੰ, ਅਜੇ ਮਿਲਿਆ ਕਿ ਨਹੀਂ ਮਿਲਿਆ? ਇੰਨਾ ਚਿਰ ਹੋ ਗਿਆ ਤੈਨੂੰ ਅੱਲਾ ਅੱਲਾ ਕਰਦੇ ਨੂੰ, ਅਜੇ ਮਿਲਿਆ ਕਿ ਨਹੀਂ? ਕੋਈ ਉੱਧਰ ਬੜੀ ਵਿਰਲਿਆਂ ਦੀ ਸਾਂਝ ਜੇ ਉਹਨੂੰ ਮਿਲਣ ਦੀ ਨਾ, ਬੜੇ ਵਿਰਲਿਆਂ ਦੀ ਸਾਂਝ, ਫਾਰਮੈਲਿਟੀਆਂ ਪੂਰੀਆਂ ਕਰਦੇ ਗੁਰੂ ਦੀ ਗੋਦ 'ਚ ਬਹਿ ਕੇ, ਜਿਹੜਾ ਨੂੰ ਉਹਨੂੰ ਮਿਲਣ ਦੀ ਤਾਂ ਗਿਆ ਨਾ, ਉਹ ਫਿਰ ਇੰਨੇ ਨਿਸਲ ਹੋ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਂਦੇ ਆ ਕਿ ਮੇਰਾ ਗੁਰੂ ਸਾਹਮਣੇ ਆ ਅਤੇ ਮੈਂ ਵਾਂ ਇਹਦੇ ਤੋਂ ਸਿਵਾਏ ਹੋਰ ਕੋਈ ਫੁਰਨਾ ਨਹੀਂ, ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਲ। ਗੁਰੂ ਰੂਪ ਸਾਧ ਸੰਗਤ ਜੀ ਉਹ ਸ਼ਹਿਜ਼ਾਦੇ ਕਹਿੰਦੇ ਆ, ਉਹ ਅਜੇ ਮਿਲਿਆ ਹੀ ਕਿ ਨਹੀਂ? ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਫੜ ਕੇ ਉਹ ਪਹੁੰਚਿਆ। ਨਬੀ ਕਹਿੰਦਾ ਉਹ ਅੱਗੇ ਤੇ ਨਹੀਂ ਸੀ ਮਿਲਿਆ, ਅੱਜ ਮਿਲ ਗਿਆ, ਧਰਤੀ ਤੇ ਅੱਲਾ ਆ ਗਿਆ ਧਰਤੀ ਤੇ। ਜਦੋਂ ਭੀਖਮ ਸ਼ਾਹ ਨੂੰ ਕਿਸੇ ਨੇ ਪੁੱਛਿਆ ਸੀ ਨਾ, ਉਹ ਵੀ ਅੱਲਾ ਦੇ ਪਿਆਰ ਵਾਲਾ ਸੀ, ਅਤੇ ਭੀਖਮ ਸ਼ਾਹ ਨੂੰ ਪੁੱਛਿਆ, ਉਹੀ ਭੀਖਮ ਸ਼ਾਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਟਨੇ ਸਾਹਿਬ ਪਹੁੰਚਿਆ ਸੀ, ਮੱਕੇ ਨੂੰ ਛੱਡ ਕੇ ਦੂਸਰੇ ਪਾਸੇ ਨਮਾਜ਼ ਕਰਦਾ ਸੀ ਅੱਜ ਪਟਨੇ ਸਾਹਿਬ ਨੂੰ, ਉਹਨੂੰ ਕਿਸੇ ਨੇ ਪੁੱਛਿਆ, ਕਹਿਣ ਲੱਗਾ ਕਿ ਤੁਸੀਂ ਪਹੁੰਚੇ ਹੋਏ ਰਹਿ ਭਰਿਓ, ਤੁਹਾਡੇ 'ਤੇ ਇੰਨੀ ਬਖਸ਼ਿਸ਼ ਆ, ਕੀ ਕਿਤੇ ਉਸ ਅੱਲਾ ਦੇ ਸਾਕਸ਼ਾਤ ਦਰਸ਼ਨ ਹੋ ਸਕਦੇ? ਕਿਤੇ ਧਰਤੀ 'ਤੇ ਅਸੀਂ ਆਖੀਏ ਕਿ ਕਿਤੇ ਸਾਨੂੰ ਅੱਲਾ ਮਿਲ ਪਵੇ, ਉਹ ਰੱਬ ਮਿਲ ਪਵੇ, ਅਤੇ ਕਿਤੇ ਉਹਦੇ ਦਰਸ਼ਨ ਹੋ ਸਕਦੇ ਆ? ਅਤੇ ਉਸ ਵੇਲੇ ਭੀਖਮ ਸ਼ਾਹ ਨੇ ਕਿਹਾ ਸੀ ਹੋ ਸਕਦੇ ਇਸ ਵੇਲੇ। ਕਹਿੰਦੇ ਕੀ? ਕਹਿੰਦੇ ਜੇ ਦਰਸ਼ਨ ਕਰਨੇ ਅੱਲਾ ਦੇ ਤਾਂ ਅਨੰਦਪੁਰ ਸਾਹਿਬ ਚਲਿਆ ਗਿਆ, ਦਸਮ ਪਿਤਾ ਦੇ ਦਰਸ਼ਨ ਕਰਨਾ। ਦਰਸ਼ਨ ਦਸਮ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲੈ, ਤੈਨੂੰ ਅੱਲਾ ਦੇ ਦਰਸ਼ਨ ਹੋ ਜਾਣਗੇ।
ਤੈਨੂੰ ਅੱਲਾਹ ਦੇ ਦਰਸ਼ਨ ਹੋ ਜਾਣਗੇ। ਉਹ ਦਸਾਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹਾਂ ਅਸੀਂ, ਦਸਾਂ ਪਾਤਸ਼ਾਹੀਆਂ ਦੇ ਸਰੂਪ। ਗੁਰੂ ਰੂਪ ਸਾਧ ਸੰਗਤ ਜੀ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ, ਔਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਤੇ ਦੇਖਿਆ ਕਿ ਕਿੰਨੇ ਜਾਣੇ ਆ ਰਹੇ ਆ, ਸਾਰੇ ਕੁਝ ਨਾ ਕੁਝ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕ ਰਹੇ ਆ, ਤੇ ਕਹਿੰਦੇ ਮੈਂ ਤੇ ਖਾਲੀ ਹੱਥੀ ਆਇਆ, ਮੈਂ ਤੇ ਲੈ ਕੇ ਕੁਝ ਨਹੀਂ ਆਇਆ। ਦੇਖਦਾ ਰਿਹਾ ਕਿ ਮੇਰੇ ਕੋਲ ਤਾਂ ਫਕੀਰ ਕੋਲ ਪੈਸਾ ਵੀ ਕੋਈ ਨਹੀਂ, ਤੇ ਮੈਂ ਕੀ ਰੱਖ ਕੇ ਮੱਥਾ ਟੇਕਾਂ। ਤੇ ਬਾਹਰ ਬਾਗ ਜਿਹੜਾ ਬਗੀਚੇ ਵਿੱਚ ਲੱਗਾ ਸੀ ਨਾ, ਬਾਹਰ ਵਾਲਾ ਅਨੰਦਪੁਰ ਸਾਹਿਬ, ਉੱਥੇ ਗਿਆ ਤੇ ਇੱਕ ਫੁੱਲ ਤੋੜੇ ਦੇਖ ਲਏ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕਾਂ, ਠੀਕ ਨਾ ਲੱਗੇ, ਸੁੱਟ ਦੇਵੇ। ਪਤਾ ਨਹੀਂ ਕਿੰਨੇ ਫੁੱਲ ਤੋੜੇ, ਇੱਕ ਫੁੱਲ ਪਸੰਦ ਆਇਆ, ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕਿਆ। ਤੇ ਜਦੋਂ ਮੱਥਾ ਟੇਕਿਆ ਨਾ, ਤੇ ਸਤਿਗੁਰੂ ਕਹਿਣ ਲੱਗੇ, ਸਾਈਂ ਜੀ ਇਹ ਕੀ ਕੀਤਾ ਜੇ, ਇਹ ਕੁਦਰਤ ਨਾਲ ਛੇੜਛਾੜ ਕਰ ਆਏ, ਬਗੀਚੇ 'ਚ ਇੱਕ ਫੁੱਲ ਤੋੜਿਆ, ਗੁਨਾਹ ਹੋਇਆ। ਕਹਿੰਦੇ ਕਿ ਮੈਂ ਦੇਖ ਰਿਹਾ ਸੀ ਕਿ ਪਿਤਾ ਤੁਹਾਡੇ ਕੋਲ ਜਿਹੜਾ ਵੀ ਕੋਈ ਆ ਰਿਹਾ ਨਾ, ਆਪ ਜੀ ਨੂੰ ਪੈਸੇ ਅਰਪਣ ਕਰ ਰਿਹਾ, ਮੇਰੇ ਕੋਲ ਗਰੀਬ ਕੋਲ ਕੁਛ ਨਹੀਂ ਸੀ ਤੇ ਮੈਂ ਫੁੱਲ ਲੈ ਕੇ ਆਇਆ। ਤੇ ਸਤਿਗੁਰਾਂ ਨੇ ਇਹ ਗੱਲ ਕਹੀ ਸੀ, ਮੇਰੇ ਕੋਲ ਖਾਲੀ ਹੱਥੀ ਆ ਜਾਂਦਾ, ਮੈਨੂੰ ਕੋਈ ਨਹੀਂ ਸੀ। ਮੇਰੇ ਕੋਲ ਕੋਈ ਵੀ ਆਵੇ, ਦਿਲ ਦੇ ਵਿੱਚ ਪਿਆਰ ਲੈ ਕੇ ਆਵੇ, ਦਿਲ ਦੇ ਵਿੱਚ ਭਾਵਨਾ ਲੈ ਕੇ ਆਵੇ, ਦਿਲ ਦੇ ਵਿੱਚ ਸ਼ਰਧਾ ਪ੍ਰੇਮ ਲੈ ਕੇ ਆਵੇ, ਕਹਿੰਦੇ ਇਹ ਮੇਰੀ ਭੇਟਾ, ਮੈਨੂੰ ਪੈਸਿਆਂ ਦੀ ਲੋੜ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੂੰ ਮੈਨੂੰ ਪੈਸਿਆਂ ਦੀ ਲੋੜ ਨਹੀਂ। ਤੇ ਉਸ ਵੇਲੇ ਦੋਵੇਂ ਹੱਥ ਜੋੜ ਕੇ ਕਿਹਾ ਸੀ, ਵਾਕਈ ਇਹ ਤਾਂ ਕੁਦਰਤ ਦਾ ਰਖਵਾਲਾ, ਇਹ ਕਾਦਰ ਆਪ ਹੀ ਧਰਤੀ 'ਤੇ ਆਇਆ, ਐਵੇਂ ਨਹੀਂ ਮੈਨੂੰ ਭੀਖ ਮਛਾਂ ਨੇ ਭੇਜਿਆ। ਇਹ ਤਾਂ ਇੱਕ ਫੁੱਲ ਤੋਂ ਇੰਨਾ ਇਤਰਾਜ਼ ਕਰ ਰਹੇ, ਮੈਂ ਤਾਂ ਪਤਾ ਨਹੀਂ ਕਿੰਨੇ ਤੋੜ ਕੇ ਸੁੱਟਾਂ, ਕਿੰਨਾ ਕੁ ਗੁਨਾਹ ਕਰੇ। ਚਲੋ ਦੱਸਦਾ, ਇਸ ਸਭਾ ਨੇ ਸੀ ਸਿੰਘ ਸਾਹਿਬ ਵੀ ਪਹੁੰਚ ਗਏ ਆ, ਦਸ ਕੀਰਤਨ ਦੀ ਸਮਾਪਤੀ ਕਰੇਗਾ। ਜਦੋਂ ਗੁਰੂ ਦੀ ਗੋਦ ਦੇ ਵਿੱਚ ਆਪਾਂ ਬੈਠ ਜਾਈਏ ਨਾ, ਉਦੋਂ ਯਤਨ ਕਰਿਆ ਕਰੀਏ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦੀ ਗੋਦ ਦੇ ਵਿੱਚ ਹਾਜ਼ਰੀ ਲਗਾਈਏ, ਤਾਂ ਕਿ ਇਹ ਸਾਡਾ ਸਭਾ ਸਮਾਂ ਜਿਹੜਾ ਹੈ ਉਹ ਸਫਲ ਹੋ ਜਾਵੇ। ਇਸੇ ਸੰਗਤ ਦੇ ਵਿੱਚ ਬੜੀਆਂ ਬੜੀਆਂ ਚੜ੍ਹਦੀਆਂ ਕਲਾਂ ਵਾਲੀਆਂ ਗੁਰਮੁਖ ਰੂਹਾਂ, ਬਾਬਾ ਜੀ ਤੇਰਾ, ਬਾਬਾ ਨਾਨਕ ਤੋਂ, ਬਾਬਾ ਨਾਥਾ ਸਿੰਘ ਜੀ, ਹੋਰ ਗੁਰਮੁਖ ਰੂਹਾਂ ਗੁਰੂ ਦੀ ਗੋਦ ਵਿੱਚ ਬੈਠੀਆਂ ਹਨ, ਨਾਮ ਜਪਣ ਵਾਲੀਆਂ, ਗੁਰੂ ਦੇ ਚਰਨਾਂ ਦੇ ਵਿੱਚ ਸਾਡੀ ਹਾਜ਼ਰੀ ਪ੍ਰੇਮ ਨਾਲ ਸ਼ਰਧਾ ਨਾਲ ਲੱਗਣੀ। ਆਓ ਇਹ ਜਿਹੜੀਆਂ ਪੰਗਤੀਆਂ ਅਖੀਰ ਵਿੱਚ ਰਲ ਕੇ ਪੜੀਏ, ਕੀਰਤਨ ਦੀ ਸਮਾਪਤੀ। ਆਪਣੇ ਹੱਥੀ ਆਪਣਾ ਆਪੇ ਹੀ ਪਰਵਾਰ ਪਰੀਆਂ ਸ਼ਬਦ ਗਾਵਣੀਆਂ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸੁਖ ਸੱਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਸ਼ਬਦ ਤੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਸਾਚ ਨਾਮ ਸਭ ਗਵਾਈਆਂ, ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰੂ ਦੇ ਟੋਂ ਜਿਸ ਆਏ ਵੱਡਿਆਈ,
ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਵਾਜੇ ਪੰਚ ਸ਼ਬਦ ਤਿਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਤਬ ਨਾਨਕ ਤੈ ਸੁਖੋਆ ਅਣਜ ਸੁਨੋ ਵਜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਧਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਗੁਰਦੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕ ਬਿਕਾਰ ਨਾਨਕ ਤੇ ਮੁਕਤੀ ਉਜਲੇ ਕੇਤੀ ਛੁੱਟੀ ਨਾ ਗੁਰੂ ਸਤਸੰਗ ਜੀਓ ਸਤਿਗੁਰਾਂ ਦੀ ਅਗਾਧ ਬੋਧ ਗੁਰਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਮਾਫ ਕਰ ਦੇਣੀਆਂ ਇੱਕ ਬੇਨਤੀ ਦਾਸ ਆਪ ਜੋੜ ਕੇ ਕਰੇਗਾ ਮਾਤਾ ਜੀ ਮਾਤਾ ਬਲਬੀਰ ਕੌਰ ਜੀ ਜਿਨ੍ਹਾਂ ਬਾਰੇ ਦਾਸ ਇਹ ਗੱਲ ਕਵੇਗਾ ਕਿ ਸਫਲ ਹੋ ਕੇ ਸੰਸਾਰ ਤੋਂ ਗਏ ਧੰਨ ਆ ਉਹ ਮਾਂ ਕਿਉਂਕਿ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧੰਨ ਜਿਨ੍ਹਾਂ ਦੀ ਮਾਓ ਆਏ ਸਫਲ ਸੇ ਸਤਿਗੁਰੂ ਕਹਿੰਦੇ ਉਹ ਮਾਵਾਂ ਪ੍ਰਵਾਨ ਹੋ ਕੇ ਸੰਸਾਰ ਤੋਂ ਜਾਂਦੀਆਂ ਜੇ ਜਿਨ੍ਹਾਂ ਦੇ ਬੱਚੇ ਗਾੜੀ ਰੱਬ ਦੇ ਨਾਲ ਜੁੜ ਜਾਣ ਕਹਿੰਦੇ ਸਾਰੇ ਧਰਮਾਂ ਦਾ ਜਿੰਨਾ ਫਲ ਹੁੰਦਾ ਨਾ ਜਿੰਨਾ ਫਲ ਸਾਰਿਆਂ ਦਾ ਜਿੰਨਾ ਫਲ ਕਹਿੰਦੇ ਇੱਕ ਗੁਰਸਿੱਖ ਦੀ ਚਰਨ ਧੂੜਾਂ ਦੇ ਵਿੱਚੋਂ ਮਿਲ ਜਾਂਦਾ ਧੂੜ ਬਾਸ਼ੋ ਸਭ ਜਨ ਕਾ ਸਾਰਾ ਦਾ ਸਾਰਾ ਇੱਕ ਗੁਰਸਿੱਖ ਦੀ ਚਰਨਾਂ ਦੀ ਧੂੜ ਵਿੱਚੋਂ ਮਿਲ ਜਾਂਦਾ ਇਸ ਪਰਿਵਾਰ ਦੇ ਗਿਆਨੀ ਗੁਰਮਿੰਦਰ ਸਿੰਘ ਜੀ ਉਹ ਵੀ ਪਹੁੰਚੇ ਆ ਉਹਨਾਂ ਨੇ ਕਿਉਂਕਿ ਹੁਣ ਅਰਦਾਸ ਹੋਵੇਗੀ ਅਰਦਾਸ ਤੋਂ ਉਪਰੰਤ ਗੁਰਾਂ ਦੇ ਪਵਿੱਤਰ ਪਾਵਨ ਹੁਕਮਨਾਮੇ ਹੋਣਗੇ ਹੁਕਮਨਾਮੇ ਤੋਂ ਉਪਰੰਤ ਸਿੰਘ ਸਾਹਿਬ ਜੀ ਬਲਵਿੰਦਰ ਸਿੰਘ ਜੀ ਸਾਰੀਆਂ ਸੰਗਤਾਂ ਦੇ ਨਾਲ ਗੁਰਮਤਿ ਦੀ ਸਾਂਝ ਪਾਉਣਗੇ ਦਾਸਾਂ ਵੱਲੋਂ ਕੀਰਤਨ ਕਰਦਿਆਂ ਗੁਰਬਾਣੀ ਪੜ੍ਹਦਿਆਂ ਹੋਈਆਂ ਕੁੱਲਾਂ ਚੁੱਕਾਂ ਮਾਫ ਕਰ ਦੇਣੀਆਂ ਸੰਗਤ ਬਖਸ਼ਣ ਜੋਗਿਆ ਸਤਿਗੁਰ ਕਿਰਪਾ ਕਰਨ ਚਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਪਾਉ ਨਾ ਪਾਉ ਜਲ ਤੇਰਾ ਦੇ ਮਾਂ ਮਾਂ ਕਾ ਅਨੁਸਾਰ ਸਤਿਗੁਰ ਕਿਰਪਾ ਕਰਨ ਮਾਤਾ ਜੀ ਨੇ ਸਦੀਵ ਕਾਲੀ ਆਪਣੇ ਚਰਨਾਂ 'ਤੇ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਦੇ ਸਿਰ 'ਚ ਮੇਹਰ ਭਰਿਆ ਹੱਥ ਰੱਖਣਾ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਨੇ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਜੈ ਸਡਿਠ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆ ਵਤਾਏ
ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆ ਚੌਹਾਂ ਸਾਹਿਬਜ਼ਾਦਿਆ ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਦਾ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਗੁਰੂ ਚਿੱਤ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਪੰਥ ਕੇ ਜੀਤਾ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਪੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੇ ਮੱਤ ਪੱਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਧੰਨ ਧੰਨ
ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਤਖਤ ਚਵਰ ਛਤਰ ਦੇ ਮਾਲਕ ਗਰੀਬ ਨਿਵਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸਮਹ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਮਾਂ ਵਾਕ ਹਨ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ ਆਈ ਆਗਿਆ ਪਿਰਹੋ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸਾਰ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਆਪ ਜੀ ਦੇ ਚਰਨ ਸੇਵਕ ਸਤਿਕਾਰਯੋਗ ਮਾਤਾ ਬਲਵੀਰ ਕੌਰ ਜੀ ਧਰਮ ਸੁਪਤਨੀ ਸਵਰਗ ਵਾਸੀ ਸਰਦਾਰ ਮੱਖਣ ਸਿੰਘ ਜੀ ਪਾਤਸ਼ਾਹ ਜੀ ਮਾਤਾ ਬਲਵੀਰ ਕੌਰ ਜੀ ਆਪ ਜੀ ਦੇ ਭੇਜੇ ਹੋਏ ਸੰਸਾਰ ਤੇ ਆਏ ਸਨ ਆਪ ਜੀ ਦੇ ਬੁਲਾਵੇ ਅਨੁਸਾਰ ਜਿਨ ਤੁਮ ਭੇਜੇ ਤਿਨਹੇ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਪਾਤਸ਼ਾਹ ਜੀ ਆਪ ਜੀ ਦੇ ਬੁਲਾਵੇ ਅਨੁਸਾਰ ਸੰਸਾਰਕ ਯਾਤਰਾ ਕਰਦੇ ਹੋਏ ਅੱਜ ਤੋਂ ਕੁਝ ਦਿਨ ਪਹਿਲਾਂ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਪਰਿਵਾਰ ਨੂੰ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦਿੰਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਪਾਤਸ਼ਾਹ ਜੀ ਪਿੱਛੋਂ ਉਹਨਾਂ ਦੇ ਸਮੂਹ ਪਰਿਵਾਰ ਨੇ ਮਿਲ ਕਰਕੇ ਮਾਤਾ ਜੀ ਦੀ ਆਤਮਕ ਸ਼ਾਂਤੀ ਵਾਸਤੇ ਰੂਹ ਦੇ ਭਲੇ ਵਾਸਤੇ ਆਪ ਜੀ ਦੇ ਚਰਨਾਂ ਦੀ ਅਭਿੱਦਤਾ ਵਾਸਤੇ ਸਮੁੱਚੇ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਉਲਟ ਆਸਰਾ ਲੈਂਦਿਆਂ ਹੋਇਆ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਪਣੇ ਗ੍ਰਹਿ ਵਿਖੇ ਪ੍ਰਾਰੰਭ ਕਰਵਾ ਕੇ ਭੋਗ ਪੁਆਏ ਉਪਰੰਤ ਖੁੱਲ੍ਹੇ ਪੰਡਾਲ ਅੰਦਰ ਆਪ ਜੀ ਦੀ ਛਤਰ ਛਾਇਆ ਹੇਠ ਆ ਪਾਤਸ਼ਾਹ ਜੀ ਆਪ ਜੀ ਦੇ ਮਾਂ ਵਾਕ ਅਨੁਸਾਰ ਅੰਤ ਸਤਿਗੁਰ ਬੋਲਿਆ ਮੈਂ ਪਿੱਛੇ ਸਾਰ ਸਜੇ ਦੀਵਾਨਾ ਅੰਦਰ ਧੁਰਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਹੋਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਨ ਬਖਸ਼ਿਸ਼ ਕਰਨੀ ਮਾਤਾ ਬਲਵੀਰ ਕੌਰ ਜੀ ਕੋਲੋਂ ਸੰਸਾਰ ਵਿੱਚ ਵਿਚਰਦਿਆਂ ਜਾਣੇ ਅਣਜਾਣੇ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਪਾਤਸ਼ਾਹ ਜੀ ਆਪ ਜੀ ਦੇ ਮਾਂ ਵਾਕ ਹਨ ਲੇਖਾ ਕਤਹਿ ਨਾ ਛੂਟੀਐ ਖਿਣ ਖਿਣ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪਾਤਸ਼ਾਹ ਜੀ ਕਿਰਪਾ ਕਰਨੀ ਮਾਤਾ ਜੀ ਨੂੰ ਸਦਾ ਲਈ ਆਪਣੇ ਚਰਨਾਂ ਦੀ ਅਭਿੱਦਤਾ ਬਖਸ਼ਿਸ਼ ਕਰਨੀ ਆਵਾਗਾਉਣ ਦੇ ਚੱਕਰਾਂ ਤੋਂ ਰਹਿਤ ਕਰਨਾ ਜੀ ਮਹਾਨ ਬਖਸ਼ਿਸ਼ ਕਰਨੀ ਸਮੂਹ ਪਰਿਵਾਰ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਜਿਸ ਤਰ੍ਹਾਂ ਆਪ ਜੀ ਨੇ ਅਪਾਰ ਬਖਸ਼ਿਸ਼ ਕਰਕੇ ਪਰਿਵਾਰ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ
ਪਾਤਸ਼ਾਹ ਜੀ ਗੁਰਸਿੱਖੀ ਵਿੱਚ ਪ੍ਰਪੱਕ ਰਹਿਣ ਦੇ ਬਲ ਬਖਸ਼ਿਸ਼ ਕਰਨੇ, ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ ਵਿਦੇਸ਼ ਵਿਖੇ ਚੜ੍ਹਦੀ ਕਲਾ ਬਖਸ਼ਿਸ਼ ਕਰਨੇ, ਸਮੂਹ ਪਰਿਵਾਰ ਨੂੰ ਅੰਮ੍ਰਿਤ ਵੇਲਾ ਕਰਨੇ, ਕਾਲ ਕੰਟਕ ਦੂਰ ਕਰਨੇ, ਦੇਹ ਆਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਅਤੇ ਗੁਰਮਤਿ ਪਾਲ ਖਣੀਆਂ। ਪਾਤਸ਼ਾਹ ਜੀ ਜਿਸ ਤਰ੍ਹਾਂ ਆਪ ਜੀ ਨੇ ਅਪਾਰ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਦਰ ਘਰ ਨਾਲ ਜੋੜਿਆ ਹੈ, ਇਸੇ ਤਰ੍ਹਾਂ ਆਪਣੇ ਦਰ ਘਰ ਨਾਲ ਜੋੜੀ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਾਤਾ ਜੀ ਦੀ ਖਿੜੀ ਹੋਈ ਫੁਲਵਾੜੀ ਨੂੰ ਹੋਰ ਵੀ ਪ੍ਰਫੁੱਲਿਤ ਕਰਨਾ, ਦੇਸ਼ ਵਿਦੇਸ਼ ਵਿਖੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਪਾਤਸ਼ਾਹ ਜੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਹੈ, ਸੰਬਤ ਸਾਹਾ ਲਿਖਿਆ ਮਿਲ ਕਰ ਤਾ ਬਹੁਤ ਦੇਲਾ, ਦੇਹੋ ਸੱਜਣ ਆਸੀਸਣੀਆਂ ਜੋ ਹੋਵੇ ਸਾਹਿਬ ਸਿਓ ਮੇਲਾ। ਪਾਤਸ਼ਾਹ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਦੀ ਅਭੇਤਾ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਰ ਤੇ ਆਈ ਸਾਧ ਸੰਗਤ ਦੀ ਦਰ ਹਾਜ਼ਰੀ, ਦਿਲ ਫੁੱਲ ਕੇ ਢਾਵਾਂ ਦਰ ਤੇ ਪ੍ਰਵਾਨ ਕਰਨੀਆਂ, ਆਪਣੇ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਕਥਾ ਵਿਚਾਰਾ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲਾਂ ਦੀ ਮਾਫ਼ੀ ਬਖਸ਼ੋ। ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਅਤੇ ਲੰਗਰ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਅਤੇ ਲੰਗਰ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ ਪਾਵਨ ਫਰਮਾਨ ਬਖਸ਼ੋ। ਨਾਰੇ ਆਈ ਸਾਧ ਸੰਗਤ ਸੇਵਕਾਂ ਨੂੰ ਕਰਤਾਰਥ ਕਰੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਦੇ ਕੇ ਫਤਿਹ। ਜੋਹਰਾ ਆਗਿਆ ਭਈਆ ਕਾਲ ਕੀ, ਕਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਪੁਰਾ ਕੀ ਦਹਿ ਜੋ ਪ੍ਰਭ ਕੋ ਮਿਲਵੋ ਚਾਹੇ, ਖੋਜ ਸ਼ਬਦ ਮੈਲ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲਣਗੇ, ਬਜੇ ਸ਼ਰਨ ਜੋ ਹੋਏ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰਿਸ਼ਟ ਸਕਲ ਤਾਰਣ ਕਾ ਆਪ ਗੁਰ ਰਾਮਦਾਸ ਕੋ ਮਿਲੀ ਵਡਾਈ।
ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉਂ ਬਾਲੂ ਕੀ ਭੀਤ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ ਕਹਿ ਨਾਨਕ ਥਿਰ ਕਛੁ ਨਹੀਂ ਸੁਪਨੇ ਜਿਉਂ ਸੰਸਾਰ ਸੁਕਹੋ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਬਿਨਾਸੀ ਰਾਮ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਬਿਨਾਸੀ ਰਾਮ ਅਵਗਤੋ ਹਰ ਨਾਥ ਨਥ ਹੈ ਤਿਸੈ ਭਾਵੈ ਸੋ ਥੀਐ ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹਠ ਨਾ ਜਾਨਾ ਨਾਨਕਾ ਸੱਚ ਗਹਿ ਰਹੇ ਭਿੰਡੀ ਰਹਿਣ ਭਲੀ ਦਿਨਸ ਸੁਹਾਏ ਰਾਮ ਨਿਜ ਘਰ ਸੂਤੜੀਏ ਪਿਰਮ ਜਗਾਏ ਰਾਮ ਨਵ ਹਾਣ ਨਵ ਧਨ ਸ਼ਬਦ ਜਾਗੇ ਆਪਣੇ ਪਿਰ ਪਾਣੀਆ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨੀਸਾਣਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਝੇ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਨ ਸੋਜੀ ਸੁਜਏ ਰਹਿ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ
ਉਹ ਪੂਰ ਰਹਿਆ ਸਰਬ ਠਾਈ ਨਾਨਕਾਮ ਗੁਰਮਤ ਮਨ ਰਹਸੀ ਸੀ ਜਸ ਦੇਹੀ ਰਾਮ ਮਨ ਮਾਰ ਰੀਜੈ ਸ਼ਬਦ ਸੀਜੈ ਤ੍ਰੈ ਲੋਕ ਨਾਥ ਪਛਾਣੇ ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਬਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤੱਕਿਆ ਤੇਰਾ ਸਾਚ ਸੁਚਾ ਸਦਾ ਨਾਨਕ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤੱਕਿਆ ਤੇਰਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਤ ਜੀਓ ਬਹੁਤ ਹੀ ਸਤਿਕਾਰਯੋਗ ਮਾਤਾ ਬਲਵੀਰ ਕੌਰ ਜੀ ਜੋ ਪਿਛਲੇ ਦਿਨੀ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਤਿੰਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਮਾਤਾ ਜੀ ਦੇ ਸਦੀਵ ਕਾਲ ਗੁਰੂ ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਸਤ ਸੰਗਤ ਜੀ ਗੁਰਬਾਣੀ ਅੰਦਰ ਬਹੁਤ ਜਗ੍ਹਾ ਤੇ ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਕੀਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਮੁੱਚੀ ਬਾਣੀ ਵੈਰਾਗਮਈ ਬਾਣੀ ਹੈ ਜਿਸ ਉਹ ਵੀ ਕੁਝ ਸਮਾਂ ਸੰਸਾਰ ਦੇ ਵਿੱਚ ਰਹਿ ਕੇ ਉਹਨਾਂ ਨੂੰ ਇਸ ਸੰਸਾਰ ਤੋਂ ਜਾਣਾ ਪਿਆ ਫਿਰ ਉਹਨਾਂ ਦੇ ਅੱਗੋਂ ਕਈ ਕਈ ਹੋਰ ਵੀ ਅਵਤਾਰ ਹੋਏ ਕਈ ਕਈ ਉਹਨਾਂ ਨੇ ਅਵਤਾਰ ਧਾਰਨ ਕੀਤੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਓ ਵਿਸ਼ਨ ਕੇਤੇ ਵੇਦ ਓ ਪੁਰਾਣ ਕੇਤੇ ਸਿਮਰਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਦਾਰ ਕੀਤੇ ਅਸਨੀ ਕੁਮਾਰ ਕੀਤੇ ਅੰਸ਼ਾ ਕੁਮਾਰ ਕੀਤੇ ਕਾਲ ਬਸ ਭਏ ਹੈ ਪੀਰ ਓ ਪੈਕਾਂਬਰ ਕੀਤੇ ਗਨੇ ਨਾ ਪਰਤ ਏਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਏ ਹੈ ਬੜੇ ਬੜੇ ਮੁਹੰਮਦ ਆਏ ਬੜੇ ਬੜੇ ਰਾਮ ਆਏ ਬੜੇ ਬੜੇ ਕ੍ਰਿਸ਼ਨ ਆਏ ਉਹਨਾਂ ਦੇ ਕਈ ਕਈ ਅਵਤਾਰ ਹੋਏ
ਸੋ ਇਸ ਜਗਤ ਨੂੰ ਇੱਕ ਉਹ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਆ ਕੇ ਧਰਮ ਕਰਮ ਕਮਾਇਆ, ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਸਿਮਰਨ ਕੀਤਾ, ਉਹ ਵੀ ਜਾਂਦੇ ਹਨ, ਪਰ ਉਹ ਵੀ ਜਾਂਦੇ ਹਨ ਜਿਨ੍ਹਾਂ ਨੇ ਆ ਕੇ ਕੇਵਲ ਤੇ ਕੇਵਲ ਸੰਸਾਰ ਦੇ ਅੰਦਰ ਤ੍ਰਿਸ਼ਨਾ ਵਾਸ਼ਨਾ ਦੇ ਅੰਦਰ ਹੀ ਲੱਗੇ ਰਹੇ। ਹਜ਼ੂਰ ਨੇ ਫਰਮਾਇਆ ਹੈ ਕਿ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਥਾਉ ਨ ਹੋਵੀ ਪਾਉ ਦੀ ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਉੱਥੇ ਨਾਲ ਦੀ ਨਾਲ ਜੋ ਗੁਰਮੁਖ ਰੂਹਾਂ ਇਸ ਸੰਸਾਰ 'ਤੇ ਆਉਂਦੀਆਂ ਹਨ, ਜਿਸ ਵਕਤ ਉਹ ਜਾਂਦੇ ਹਨ, ਉਹਨਾਂ ਨੂੰ ਬੜੇ ਆਦਰ ਨਾਲ, ਬੜੇ ਸਨਮਾਨ ਨਾਲ, ਬੜੇ ਸਤਿਕਾਰ ਦੇ ਨਾਲ ਲਿਜਾਇਆ ਜਾਂਦਾ ਹੈ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ, ਉਹ ਕਹਿੰਦੇ ਇੱਕ ਸਾਧੂ ਮਹਾਤਮਾ ਕਿਧਰੇ ਬੈਠੇ ਹੋਏ ਸਨ, ਨਾਲ ਉਹਨਾਂ ਦੇ ਹੋਰ ਕੁਝ ਸੰਗੀ ਸਾਥੀ। ਇੱਕਦਮ ਆਕਾਸ਼ ਵੱਲ ਨੂੰ ਹੱਥ ਜੋੜ ਕੇ ਨਮਸਕਾਰ ਕਰਨ ਲੱਗ ਪਏ, ਮੱਥਾ ਟੇਕਣ ਲੱਗ ਪਏ। ਜਿਹੜੇ ਸੰਗੀ ਸਾਥੀ ਸਨ ਉਹ ਪੁੱਛਦੇ ਹਨ ਕਿ ਮਹਾਤਮਾ ਜੀ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ? ਉਹ ਆਖਣ ਲੱਗੇ ਭਾਈ ਗੁਰਸਿੱਖੋ, ਇਹ ਆਕਾਸ਼ ਦੇ ਵਿੱਚੋਂ ਅਰਸ਼ਾਂ ਪੁਰਸ਼ਾਂ ਦੇ ਵਿੱਚੋਂ ਇੱਕ ਵਿਮਾਨ ਆਇਆ ਹੈ, ਉਸ ਪਵਿੱਤਰ ਆਤਮਾ ਨੂੰ ਉਹ ਲੈ ਕੇ ਜਾ ਰਿਹਾ ਹੈ ਜਿਹੜਾ ਰੋਜ਼ ਲਿਵ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਕਰਦੀ ਸੀ। ਉਹਨਾਂ ਵਾਸਤੇ ਵਿਮਾਨ ਆਉਂਦੇ ਹਨ, ਉਹ ਬੜੇ ਆਦਰ ਸਤਿਕਾਰ ਦੇ ਨਾਲ ਜਾਂਦੇ ਹਨ। ਮਾਤਾ ਜੀ ਦੀ ਅੰਤਮ ਅਰਦਾਸ ਦੇ ਵਿੱਚ ਸਾਨੂੰ ਜੋ ਜੀਵ ਆਪਾਂ ਮਾਤਾ ਜੀ ਦੀ ਅੰਤਮ ਅਰਦਾਸ 'ਚ ਸ਼ਾਮਿਲ ਹੋਏ ਹਾਂ, ਉਹਨਾਂ ਨੂੰ ਬੜੇ ਵਿਸਥਾਰ ਨਾਲ ਦੱਸਿਆ ਕਿ ਬਿਨਾਂ ਸ਼ੱਕ ਦੀ ਅੱਜ ਅਸੀਂ ਮਾਤਾ ਜੀ ਦੀ ਅੰਤਮ ਅਰਦਾਸ 'ਚ ਸ਼ਾਮਿਲ ਹੋਏਗਾ, ਪਰ ਜੋ ਗੁਰਬਾਣੀ ਨੇ ਦਰਸ਼ ਕਰਨਗੇ, ਕਿਉਂਕਿ ਬੜਾ ਗੁਰਸਿੱਖ ਪਰਿਵਾਰ ਹੈ ਜਿੱਥੇ ਕਿ ਫਤਿਹਗੜ੍ਹ ਚੂੜੀਆਂ ਦੇ ਸਾਰੇ ਇਲਾਕੇ ਦੀ ਸੰਗਤ ਇਸ ਪਰਿਵਾਰ ਨੂੰ ਜਾਣਦੀ ਹੈ। ਉਸੇ ਤਰ੍ਹਾਂ ਡੇਰਾ ਬਾਬਾ ਨਾਨਕ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਡੇਰਾ ਬਾਬਾ ਨਾਨਕ ਵਿਖੇ ਵੀ ਇਸ ਪਰਿਵਾਰ ਦੀ ਬਹੁਤ ਸੇਵਾ ਹੈ, ਕਿਉਂਕਿ ਆਪ ਜੀ ਇਸ ਹਲਕੇ ਦੇ ਹੋ, ਜੋ ਇੱਥੇ ਵੀਰ ਜੀ ਰਹਿੰਦੇ ਹਨ ਉਹਨਾਂ ਬਾਰੇ ਆਪ ਜੀ ਨੂੰ ਪਤਾ ਹੈ। ਜੋ ਡੇਰਾ ਬਾਬਾ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਦੇ ਦੂਸਰੇ ਵੀਰ ਜੀ ਇਕਬਾਲ ਸਿੰਘ ਜੀ, ਡਾਕਟਰ ਇੰਦਰਜੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਿੰਘ ਸਾਹਿਬ ਤੋਂ ਆਪਣਾ ਸਨਮਾਨ ਹਾਸਲ ਕਰ ਲੈਣ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਡਾਕਟਰ ਇੰਦਰਜੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਤਿ ਸ੍ਰੀ ਅਕਾਲ। ਭੈਣ ਜੀ ਜਸਬੀਰ ਕੌਰ ਜੀ ਸਾਹਿਬਾਨ ਸਤਿਗੁਰੂ ਜੀ ਦੇ ਬੋਲੇ ਸੋ ਨਿਹਾਲ
ਜਸਪ੍ਰੀਤ ਕੌਰ ਭੈਣ ਜੀ ਜਿਨ੍ਹਾਂ ਨੂੰ ਸਨਮਾਨ ਸਿੰਘ ਸਾਹਿਬ ਵੱਲੋਂ ਕਰਨਾ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪਹੁੰਚਣ ਦੀ ਕਿਰਪਾਲਤਾ ਕਰਨ। ਸਿੰਘ ਸਾਹਿਬ ਵੱਲੋਂ ਅਰਦਾਸੀ ਸਿੰਘ ਜੀ ਦਾ ਸਨਮਾਨ ਪਰਿਵਾਰ ਵੱਲੋਂ ਸਿੰਘ ਸਾਹਿਬ ਜੀ ਕਰ ਰਹੇ ਨੇ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਭਾਈ ਜਰਨੈਲ ਸਿੰਘ ਜੀ, ਗ੍ਰੰਥੀ ਸਾਹਿਬ ਅਤੇ ਇਹਨਾਂ ਦੇ ਨਾਲ ਦੀ ਜਿਹੜੀ ਟੀਮ ਹੈ, ਜਿੰਨੇ ਵੀ ਸੇਵਾਦਾਰ ਹਨ, ਉਹਨਾਂ ਨੂੰ ਬੇਨਤੀ ਹੈ ਕਿ ਵੀ ਆਪਣਾ ਸਨਮਾਨ ਨਾਲ ਸਿੰਘ ਸਾਹਿਬ ਤੋਂ ਲੈ ਲੈਣ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਗੁਰਸਿੱਖ ਪਰਿਵਾਰ ਦੇ ਜੋ ਇਸ ਦੁੱਖ ਵਿੱਚ ਸ਼ਰੀਕ ਹੋ ਕੇ ਸਾਰੀ ਸੰਗਤ ਆਈ ਹੈ, ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਸੇਵਾਦਾਰ ਸਾਹਿਬਾਨ ਜੋ ਬਾਬਾ ਜੀ ਦੇ ਨਾਲ ਸੇਵਾ ਕਰ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਵੀ ਆਪਣੇ ਸਨਮਾਨ ਸਿੰਘ ਸਾਹਿਬ ਤੋਂ ਹਾਸਲ ਕਰ ਲੈਣ। ਜਿੱਥੇ ਕਿ ਡਾਕਟਰ ਇੰਦਰਜੀਤ ਸਿੰਘ ਜੀ, ਉਹ ਵੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪਹੁੰਚ ਗਏ ਨੇ ਸਿੰਘ ਸਾਹਿਬ ਤੋਂ ਸਨਮਾਨ ਹਾਸਲ ਕਰਨ ਜੀ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਡਾਕਟਰ ਇੰਦਰਜੀਤ ਸਿੰਘ ਜੀ, ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਭੈਣ ਜੀ ਜਸਪਾਲ ਕੌਰ ਜੀ, ਜਿਨ੍ਹਾਂ ਨੇ ਕਿ ਸਤਿਗੁਰੂ ਜੀ ਦੇ ਜੋ 3 ਦਿਨ ਪਾਵਨ ਪਵਿੱਤਰ ਸੇਵਾ ਕੀਤੀ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਇਹ ਜੋ ਜਿੰਨੀ ਵੀ ਸੇਵਾ ਹੈ, ਸਭ ਮਾਤਾ ਜੀ ਹੋਣਾਂ ਦੀ ਦੇਣ ਹੈ। ਭਾਵੇਂ ਫਤਿਹਗੜ੍ਹ ਚੂੜੀਆਂ 'ਚ ਪਰਿਵਾਰ ਕਰ ਰਿਹਾ, ਭਾਵੇਂ ਡੇਰਾ ਬਾਬਾ ਨਾਨਕ ਵਿਖੇ ਜਾ ਕੇ ਕਰ ਰਿਹਾ ਹੈ, ਕਿਉਂਕਿ ਸਮੂਹ ਸੌਖੀ ਪਰਿਵਾਰ ਦੇ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਪੜ੍ਹਦੇ, ਨਿਤਨੇਮ ਜੀ ਦੇ ਜਾਪ ਕਰਦੇ ਹੋਏ, ਜੋ ਸਤਿਗੁਰੂ ਜੀ ਦੇ ਚਰਨਾਂ 'ਚ ਜਾਪ ਰਾਜੇ ਸਨ, ਸੋ ਉਸੇ ਤਰ੍ਹਾਂ ਹੀ ਸਿੱਖੀ ਜੀਵਨ ਬਖਸ਼ਣ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਪਰਿਵਾਰ ਵੱਲੋਂ ਤ੍ਰਿਪਤ ਰਜਵਾਏ ਨੇ, ਪਰਿਵਾਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਡੇਰਾ ਬਾਬਾ ਨਾਨਕ ਤੋਂ ਵੀ ਕਾਫੀ ਪਰਿਵਾਰ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਭਾਈ ਵਰਿਆਮ ਸਿੰਘ ਜੀ ਅਗਵਾਨ। ਸੋਨਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।
ਸਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਹੋਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕਿਰਦਾ ਅਤੇ ਸਭ ਸਾਈਂ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਗੱਦੀ 'ਤੇ ਵਿਰਾਜਮਾਨ ਕਲਯੁਗ ਗੋਇਤ ਨਾਮ ਬਣੀ ਕੇ ਜਹਾਜ਼ ਧੁਰਕੀ ਬਾਣੀ ਆਈ ਅਤੇ ਸਗਲੀ ਚਿੰਤਨ ਪਾਈ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਤਿਗੁਰੂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਆਸਰਾ ਸੰਤਨ ਪੂਰਨ ਪ੍ਰਗਟਾ ਮੰਗ ਜਾਂਦੇ ਬਾਬਾ ਬੁੱਢਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜਿਨ੍ਹਾਂ ਕਾਰਜਾਂ ਵਾਸਤੇ ਆਏ ਸੀ ਬਾਅਦ ਸਮਾਪਤੀ ਉਪਰੰਤ ਸਤਿਗੁਰੂ ਜੀ ਆਪ ਪ੍ਰਕਾਸ਼ ਅਸਥਾਨ ਤੋਂ ਆਪ ਜੀ ਦੇ ਨਿੱਜੀ ਮੰਦਰਾਂ ਵਿੱਚ ਮਹਿਲਾਂ ਵਿੱਚ ਜਾ ਕੇ ਵਿਸ਼ਰਾਮ ਕਰੋ ਸੇਵਕਾਂ ਨੂੰ ਆਗਿਆ ਬਖਸ਼ੋ ਹਾਜ਼ਰੀਆਂ ਲੇਖੇ ਵਿੱਚ ਲਾਓ ਭੁੱਲਾਂ ਨਾ ਜਿਤਾਵੇ ਆਪ ਜੀ ਦਰ ਤੇ ਜੋ ਜੀ ਆਵੈ ਸੋ ਰਾਜੀ ਜਾਵੈ ਸੁੱਖ ਹੋਵੇ ਨਾਮ ਜਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਣੇ ਗੁਰ ਸਿੱਖੀ ਸੋ ਥਾਨ ਪਾਲਿਆ ਧੂੜ ਮੁਖ ਲਾਵਾ ਗੁਰ ਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਨਾਮ ਧਿਆਵਾ ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ ਜਿੱਥੇ